ਸਾਰੀਆਂ ਸਿੰਘ ਮਾਰਗ ਪਰ ਨਹੀਂ ਸੁੱਟਣ ਵਾਲੀਆਂ। ਮਾਸ਼ਾਅੱਲਾ ਜੀ, ਮੁਹੰਮਦ ਬਿਲਾਲ ਬਾਜਵਾ ਸਾਹਿਬ, ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ। ਬਿਲਾਲ ਭਾਈ, ਕੀ ਹਾਲ ਹੈ? ਠੀਕ ਹੋ? ਠੀਕ ਠਾਕ ਹੋ ਤੇਜ ਸਾਹਿਬ, ਤੁਸੀਂ ਸੁਣਾਓ? ਠੀਕ ਹੋ? ਅੱਲਾਹ ਪਾਕ ਦਾ ਬੜਾ ਕਰਮ ਹੈ ਮਾਸ਼ਾਅੱਲਾ ਜੀ, ਦਿਨੋ ਦਿਨ ਧੁੰਮਾਂ ਹੀ ਪਈ ਜਾਂਦੀਆਂ ਨੇ ਵੀਡੀਓ ਦੀਆਂ। ਬਸ ਕੋਈ 6000, ਕੋਈ 7000, ਕੋਈ 8000, ਕੋਈ 10000। ਤੇਜ ਸਾਹਿਬ, ਸੋਹਣੇ ਮਾਲਕ ਦਾ ਕਰਮ ਤੇ ਇਹਨਾਂ ਭਰਾਵਾਂ ਦੀ ਚਾਹਤ, ਜਿਹਨਾਂ ਇੰਨਾ ਪਿਆਰ ਦਿੱਤਾ, ਇੱਜ਼ਤ ਦਿੱਤੀ ਹੈ ਮਾਸ਼ਾਅੱਲਾ ਜੀ। ਭਰਾਵਾਂ ਨੂੰ ਸ਼ੌਕ ਕਰਾਉਂਦੇ ਆ ਫਿਰ ਕੋਸ਼ਿਸ਼ ਤੁਸੀਂ ਵੀ ਕਰ ਦਿਓ ਕਿ ਮਾਰੇ ਭਰਾਵਾਂ ਲਈ ਵੀ ਜਾਨਵਰ ਹੋਈਆਂ ਨੇ, ਹਰ ਤਰ੍ਹਾਂ ਦੇ ਚੰਗੇ ਤਗੜਿਆਂ ਵਾਲੀ ਵੀ ਹੋਈਆਂ। ਮਾਸ਼ਾਅੱਲਾ ਜੀ, ਅੱਜ 4 ਝੋਟੀਆਂ ਨੇ ਤੇ 9 ਗਾਵਾਂ ਨੇ। 9 ਗਾਵਾਂ ਨੇ, ਠੀਕ ਹੈ। ਹਾਂਜੀ, ਤੇ ਐਡਰੈਸ ਜਿਹੜਾ ਦੋਸਤਾਂ ਨੂੰ ਜ਼ਰਾ ਸਮਝਾ ਦਿਓ। ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਗਾਉਂ ਚੌਕ ਪਲੋਰਾ, ਮੇਨ ਸਿਆਲਕੋਟ ਰੋਡ ਦੇ ਉੱਤੇ ਨੇੜੇ, ਪਿੰਡੇ ਤੇ ਵੀ 3 ਕਿਲੋਮੀਟਰ, ਭਾਗਵਾਲ ਤੋਂ ਵੀ 3 ਕਿਲੋਮੀਟਰ। ਠੀਕ ਹੈ ਜੀ, ਡੇਰਾ ਮਸ਼ਹੂਰ ਹੈ ਜੀ ਸੂਬੇਦਾਰ ਫਾਕਾ ਸਾਹਿਬ ਦੇ ਨਾਂ ਤੋਂ। ਇਹ ਬਲਾਲ ਸਾਹਿਬ ਦਾ ਜ਼ਰਾ ਵੇਖਣਾ ਜੀ ਕਮਾਲ, 4 ਝੋਟੀਆਂ ਨੇ, ਝੋਟੀਆਂ ਇਨਸ਼ਾਅੱਲਾ ਵੱਧ ਤੋਂ ਵੱਧ ਹੁੰਦੀਆਂ। ਇਹ ਚੈੱਕ ਕਰਨਾ ਮਾਸ਼ਾਅੱਲਾ ਜੀ, ਜਿਹੜੀ ਅੱਜ ਵਹਿਰਾਂ ਨੇ 4, ਉਹ ਵੀ ਇਨਸ਼ਾਅੱਲਾ ਕੁਆਲਿਟੀ ਵਾਲੀਆਂ ਤੇ ਨਸਲੀ ਵਹਿਰਾਂ ਹੁੰਦੀਆਂ ਮਾਸ਼ਾਅੱਲਾ ਜੀ। ਆਹ ਦੋਸਤਾਂ ਵੇਖਣੀਆਂ, ਸਾਰੇ ਜਾਨਵਰਾਂ ਦਾ ਸ਼ੌਕ ਵੀ ਦੋਸਤਾਂ ਨੂੰ ਕਰਵਾਉਂਦੇ ਹਾਂ, ਅਤੇ ਸੂਬੇਦਾਰ ਸਾਹਿਬ ਦਾ ਛਾੜ ਜਾਂ ਪੈਗਾਮ ਲੈਂਦੇ, ਵੱਛੀਆਂ ਵੀ ਨੇ। ਵੱਛੀਆਂ ਸੂਬੇਦਾਰ ਸਾਹਿਬ ਦਾ ਐਲਾਨ ਹੈ ਕਿ 12 ਮਹੀਨੇ ਹੀ 10-15 ਵੱਛੀਆਂ ਹਰ ਟਾਈਮ ਡੇਰੇ 'ਚ ਰਹਿੰਦੀਆਂ ਜੀ, ਮੇਰੇ ਸੋਹਣੇ ਮਾਲਕ, ਅਤੇ ਗਾਵਾਂ ਵੀ ਇਨਸ਼ਾਅੱਲਾ ਮੁੱਕਦੀਆਂ ਜੀ। ਗਾਵਾਂ ਤਾਂ ਸਾਰੇ ਮੇਰੇ ਭਰਾਵਾਂ ਨੂੰ ਅੱਗੇ ਪਤਾ, ਤਾਂ ਅਗਲੇ 2-3 ਸਾਲ ਦੇ ਮਾਸ਼ਾਅੱਲਾ ਹੋ ਗਏ ਨੇ ਮੈਨੂੰ ਨਾਲ ਆਉਂਦੇ ਆ, ਅਤੇ ਮੈਂ ਤਾਂ ਗਾਵਾਂ ਨਹੀਂ ਮੁੱਕੀਆਂ ਵੇਖੀਆਂ। ਮੇਰੇ ਸੋਹਣੇ ਮਾਲਕ ਦਾ ਕਰਾਂ ਜੀ, ਮੇਰੀ ਤਰਫੋਂ, ਤੁਹਾਡੀ ਤਰਫੋਂ, ਮੇਰੇ ਬਰਖੁਦਾ ਦੀ ਤਰਫੋਂ, ਔਰ ਮੇਰੇ ਪੱਠੇ ਪਾਉਣਾ ਸ਼ੇਨੋ ਦੀ ਤਰਫੋਂ, ਸਭ ਤਰ੍ਹਾਂ ਸਲਾਮ ਅਲੈਕੁਮ। ਤਈਬ ਸਾਹਿਬ, ਨੇਕਨੀ ਦੇ ਕਾਰੋਬਾਰ ਕਰੋ ਅਤੇ ਮੇਰਾ ਸੋਹਣਾ ਮਾਲਕ ਵੀ ਸਾਥ ਦੇਣਾ। ਮੈਂ ਹਿਸਾਬ ਲੈ, ਜਿਹੜੇ ਸੀਨੀਅਰ ਉਸਤਾਦ ਹੁੰਦੇ ਨੇ, ਅਸੀਂ ਆਰਮੀ 'ਚ ਵੀ ਜਾਣਦੇ, ਉਹ ਸੁਬਾਹ ਜਿਹੜਾ ਪਹਿਲਾ ਟਾਈਮ ਹੁੰਦਾ ਨਾ, ਉਹ ਸੀਨੀਅਰ ਉਸਤਾਦ ਆਉਂਦੇ ਨੇ, ਫਰੈਸ਼ ਹੁੰਦੇ ਨੇ ਸੁਬਾਹ ਸੁਬਾਹ ਉੱਠ ਕੇ, ਉਹ ਆਉਂਦੇ ਨੇ ਕਿ ਸੀਨੀਅਰ ਆਉਂਦੇ ਨੇ ਕਿ ਪਹਿਲੇ ਟਾਈਮ ਮੈਂ ਡਿਊਟੀ ਕਰਨੀ ਹੈ ਅਤੇ ਪਹਿਲੇ ਟਾਈਮ ਜੂਨੀਅਰ ਹੈ, ਤੂੰ ਘਰ ਹੈ। ਉਹ ਤਾਂ ਵੈਸੇ ਹੀ ਨਾ, ਉਹ ਤਾਂ ਟਾਈਮ ਹੁੰਦਾ, ਪਹਿਲਾ ਟਾਈਮ ਆਰਾਮ ਕਰਦਾ ਹੁੰਦਾ। ਆਹ ਸਾਡੇ ਇੱਥੇ ਗ੍ਰੇਡ 'ਚ ਵੀ ਨਾ, ਉਹ ਜਿਹੜਾ ਵਾਲਦਾਰ ਹੈ ਨਾ, ਜਿਹੜਾ ਇੰਚਾਰਜ ਹੈ, ਉਹ ਪਹਿਲੇ ਟਾਈਮ ਉਹ ਡਿਊਟੀ ਕਰਦਾ ਅਤੇ ਪਹਿਲੇ ਟਾਈਮ ਦੂਜਾ ਨੂੰ ਦੇਖ ਜਾਂਦਾ। ਇੱਕ ਏਜ ਦਾ ਕੰਮ ਤਾਂ ਨਹੀਂ ਹੋ ਗਿਆ ਸਾਨੂੰ, ਵੀਡੀਓ ਤਾਂ ਨਹੀਂ ਪਹਿਲੇ ਟਾਈਮ ਕਰ, ਰਲ ਦਾ ਮਿਲਦਾ ਹੀ ਹੋਊਗਾ ਨੇ ਮਾਸ਼ਾਅੱਲਾ। ਕੰਮ ਸ਼ੁਰੂ ਕੀਤਾ ਤੇ ਉਹ ਸੈਕੰਡ ਟਾਈਮ ਜ਼ਰਾ ਬਿਜ਼ੀ ਰਹਿੰਦਾ ਹੈ। ਅਫਰਾਜ਼, ਇਹ ਲੱਗਦਾ ਸਾਨੂੰ ਕਿਤੇ ਪਹਿਲੇ ਟਾਈਮ ਵੀਡੀਓ ਤਾਂ ਨਹੀਂ ਕਰਨੀ ਪੈਣੀ, ਹੁਣ ਉਹਨੂੰ ਪੱਕਾ ਹੀ ਨਾ ਅਗਲੇ ਤੁਹਾਨੂੰ ਪਹਿਲੇ ਟਾਈਮ ਕਰ ਛੇ ਫੜ ਲਈ, ਉਹਨੂੰ ਇਕੱਠੇ ਚੱਲ ਗਏ, ਉਹਨੂੰ ਪਿੰਡੋਂ ਫੜ ਲਈਏ ਚੱਲ ਗਿਆ, ਉਹ ਨਹੀਂ ਫੜਨਾ ਕਾਲੀ ਆਈ, ਉਂਝ ਹੀ ਵੀਡੀਓ ਟਾਈਮ ਪਹਿਲਾਂ ਕਰਨਾ, ਉਹਨੇ ਆਪੇ ਹੀ ਆਉਣਾ ਵੇ, ਜਿੱਥੇ ਪਹਿਲੇ ਟਾਈਮ ਹੈ ਉੱਥੇ ਫਿਰ ਤੁਹਾਨੂੰ ਘੱਲੇਗਾ। ਚਲੋ, ਮੇਰੇ ਸੋਹਣੇ ਮਾਲਕ ਨੇ ਬਰਕਤ ਪਾਈ ਹੈ ਤੁਹਾਡੇ ਨਾਲ ਵੀ, ਨਾਲ ਮੇਰੇ ਸੋਹਣੇ ਮਾਲਕ ਦੇ ਬੜੀ ਬੜੀ ਬਰਕਤ ਪਾਈ ਹੈ ਮਾਸ਼ਾਅੱਲਾ। ਤੇ ਭੋਲੇ ਬੰਦੇ ਨੇ ਮੇਰਾ ਮਾਲਕ ਪਸੰਦ ਵੀ ਜ਼ਿਆਦਾ ਕਰਦਾ। ਇੱਕ ਤੁਹਾਡੇ ਅੱਗੇ ਅੱਜ ਤਰਲਾ ਜੀ ਜੀ, ਵੀਡੀਓ ਤੁਹਾਡੀ ਪਿਛਲੀਆਂ ਮਾਸ਼ਾਅੱਲਾ 6000, 7-8000, ਸਾਡੀ ਤਵੱਕੋ ਤੋਂ ਜ਼ਿਆਦਾ ਅੱਲਾ ਜ਼ਾ ਚਲਾਣ ਡਈ ਹੈ ਜੀ ਜੀ। ਅੱਜ ਗਾਵਾਂ ਨੇ 9 ਜੀ ਜੀ, ਤੇ ਜੇ ਤੁਸੀਂ ਜ਼ਿਆਦਾ ਦੋ ਤੇ 4 ਕਿ ਗਾਵਾਂ ਦੇ 4 ਕਿ ਝੋਟੀਆਂ ਦਾ ਸ਼ੌਕ ਹੋਈ ਹੈ ਜੀ, ਦੋਸਤਾਂ ਦਾ ਟਾਈਮ ਦਾ ਕੀਮਤੀ। ਮੈਂ ਮੰਨਣ ਵਾਲਿਆਂ ਚੋਂ ਤਈਬ ਸਾਹਿਬ, ਤੁਸੀਂ ਕਦੋਂ ਕਹੋ ਨਾ ਇੱਕ ਝੋਟੀ ਤੇ ਇੱਕ ਗਾਂ, ਮੈਂ ਉਹ ਵੀ ਵਿਖਾਣ ਨੂੰ ਤਿਆਰ। ਜਾਨਵਰ ਡੇਰੇ ਦੇ ਮੌਜੂਦ ਨੇ, ਦੋਸਤਾਂ ਚੈੱਕ ਕਰਵਾ ਦਿੱਤਾ। ਜਿਹੜਾ ਬੰਦਾ ਬੱਚਿਆਂ ਦੀ ਨਹੀਂ ਨਾ ਮੰਨਦਾ, ਉਹ ਬੰਦਾ ਮਾਰ ਖਾਂਦਾ। ਤੇ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਤੁਸੀਂ ਕਹਿਆ ਨਾ 4 ਤੇ 4, 8 ਵਿਖਾ ਦਿਓ, ਬਿਲਕੁਲ ਠੀਕ ਆ ਮੇਰੇ ਸੁਣ ਤੇ ਮਜ਼ਾ ਆਏਗਾ। ਤੇ ਜਿਹੜਾ ਆਪਣੇ ਮਾਂ ਪਿਓ ਦਾ ਦੀਵਾਨਾ, ਕੱਲ੍ਹ ਮੈਨੂੰ ਵੱਡਾ ਵੀਰ ਮੈਂ ਗੱਲ ਸੁਣਾਉਂਦਾ ਸੀ ਆਪਣੀ ਸਾਡੀ ਵਾਲਦਾ ਦੀ, ਤੇ ਮੈਂ ਕਿਹਾ ਮੈਨੂੰ ਕੀ ਸੁਣਾਉਂਦਾ, ਮੈਂ ਤੇ ਇਹ ਇੱਧਰ
ਇਹਨਾਂ ਤਜਰਬਿਆਂ ਵਿੱਚੋਂ ਦਿਨ ਚੋੜ ਕਰਕੇ ਡੰਗਿਆ ਮੈਂ ਤੇ 50 ਸਾਲ ਤੋਂ ਮੈਂ ਵਾਲਦਾ ਸਾਡੀ ਨਾ ਚੱਲ ਨਹੀਂ ਸਕਦੀ ਅਤੇ ਮੈਂ ਜਿੰਨਾ ਤੱਕ ਰਿਹਾ ਨਾਲ ਹਰ ਜਗ੍ਹਾ ਰੱਖੀਏ ਅਤੇ ਮੈਂ ਕਿਹਾ ਮੈਂ ਤੇ ਇਹਨਾਂ ਤਜਰਬੇ ਨੇ ਮੈਂ ਅਨਪੜ੍ਹ ਬੰਦਾ ਹੋ ਕੇ ਉਹਨੂੰ ਵੀਰ ਨੂੰ ਮੈਂ ਗੱਲ ਸੁਣਾਉਂਦਾ ਗੱਲ ਬੈਠਾ ਸੀ ਸਵੇਰੇ ਵਾਲਦਾ ਦੇ ਘਰ ਹੀ ਹੈ ਨਾ ਮੈਨੂੰ ਕਹਿ ਕੇ ਗੱਲ ਸੁਣਾਇਆ ਮੈਂ ਕਿਹਾ ਸਨਾਨ ਕਿਨੂੰ ਡਿਆ ਵੇ ਇਹਨੇ ਤੇ ਸਾਰੇ ਨਿਚੋੜ ਗਾ ਜਿਹੜਾ ਮਾਂ ਪਿਓ ਦਾ ਦੀਵਾਨਾ ਉਹ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਉਹਦਾ ਰੱਬ ਦੀਵਾਨਾ ਤਈਬ ਸਾਹਿਬ ਮਸਲ ਕਿ ਮੈਂ ਮਾਂ ਪਿਓ ਦਾ ਦੀਵਾਨਾ ਨਾ ਤਾਂ ਮੇਰਾ ਸੋਹਣਾ ਮਾਲਕ ਦੀਵਾਨਾ ਹੋ ਜਾਏਗਾ ਕਿ ਤੂੰ ਇਤਨਾ ਆਪਣੇ ਮਾਂ ਪਿਓ ਨਾਲ ਲਾਡ ਤੇ ਪਿਆਰ ਕਰਨਾ ਉਹ ਬੰਦਿਆ ਦੱਸ ਆਪਣੇ ਮੂੰਹੋਂ ਜਿਹੜੀ ਸ਼ੈ ਨਾ ਵੀ ਮੰਗੇਗਾ ਨਾ ਮੇਰਾ ਸੋਹਣਾ ਮਾਲਕ ਤੈਨੂੰ ਬਗੈਰ ਮੰਗਣ ਤੋਂ ਅਨਾਇਤ ਕਰੀ ਜਾਵਾਂ ਤੇ ਮੈਂ ਉਹਨੂੰ ਮੈਂ ਹੱਸੀ ਜਾਵਾਂ ਮੱਠਾ ਮੱਠਾ ਗੁੜਕੀ ਜਾ ਤੂੰ ਆ ਕੇ ਹੱਸਦਾ ਪਿਆ ਉਹ ਗੱਲ ਪਿਆ ਸਦਾ ਇਹਦਾ ਕਿ ਚੌਧਰੀ ਮੇਰੇ ਨਾਲ ਅੰਮਾ ਆਈ ਹੈ ਮੇਰੇ ਸਾਰੇ ਕੰਮ ਹੀ ਮੇਰਾ ਸੋਹਣਾ ਮਾਲਕ ਸੀ ਜਿਹੜੇ ਖਲੋਤੇ ਹਨ ਉਹ ਵੀ ਟੋਰ ਦਿੱਤੇ ਨੇ ਉਹਨਾਂ ਦੀ ਵੀਡੀਓ ਮਾਸ਼ਾਅੱਲਾ ਅੱਜ ਕੱਲ੍ਹ ਬੜੀ ਚੱਲਦੀ ਹੈ ਮਾਲ ਸੇਲ ਹੋ ਰਿਹਾ ਵੀਡੀਓ ਉਹ ਵੇਖਣਾ ਉਹ ਮੈਨੂੰ ਬਸ ਰਾਏ ਤੇ ਮੈਂ ਹੱਸੀ ਜਾਵਾਂ ਪਿਆ ਉਹ ਸੁਣਾਉਣ ਦਾ ਗੱਲ ਇਹ ਕਿ ਜਿਹੜਾ ਆਪਣੇ ਮਾਂ ਪਿਓ ਦਾ ਨਾਂ ਫਰਮਾਨ ਹੈ ਨਾ ਉਹਦੀਆਂ ਸਿੱਧੀਆਂ ਵੀ ਡਿੰਗੀਆਂ ਡਿੰਗੇ ਕੰਮ ਹੋਣਗੇ ਮੇਰੇ ਸੋਹਣੇ ਮਾਲ ਦੇ ਕਰਮ ਨਾਲ ਤੇ ਬਲਾਲ ਨੂੰ ਅੱਜ ਜ਼ਰਾ ਸਪੈਸ਼ਲ ਕੋ ਗਾਵਾਂ ਦੀ ਸੇਲ ਲਾਉਂਦੇ ਹੀ ਲਾਉਂਦਾ ਦੀਵਾ ਮੈਂ ਪਿੱਛੇ ਕਾਫੀ ਤੇਰਾ ਮੈਂ ਦੱਸੀ ਨਹੀਂ ਅੱਜ ਮੱਝਾਂ ਦੀ ਵੀ ਸੇਲ ਲੱਗੇ ਤਈਬ ਸਾਹਿਬ ਮਾਂ ਪਿਓ ਦੀ ਔਲਾਦ ਵਾਸਤੇ ਮੰਗੀ ਹੋਈ ਦੀਵਾ ਕਦੀ ਮੇਰਾ ਸੋਹਣਾ ਮਾਲਕ ਰਾਏਗਾ ਨਹੀਂ ਜਾਂਦੀ ਜੋ ਵੀ ਮਾਂ ਪਿਓ ਔਲਾਦ ਵਾਸਤੇ ਦੁਆ ਮੰਗਸ਼ੇ ਮੇਰਾ ਸੋਹਣਾ ਮਾਲਕ ਹਰ ਹਾਲਤ ਨਾਲ ਪੂਰੀ ਕਰਦਾ ਮੇਰਾ ਸੋਹਣਾ ਤੇ ਪੁਰਖਦਾਰ ਤੇਰਾ ਇੰਜ ਨਹੀਂ ਨਾ ਮੇਰੇ ਪੁੱਤਰਾ ਕਿ ਤੂੰ ਨਾ ਏਡਾ ਸੋਹਣਾ ਤੇ ਨਾ ਏਡਾ ਕੋਈ ਤੇਰੇ 'ਚ ਕੋਈ ਖਾਸ ਪੁਰਸ਼ ਹੈ ਇਹ ਜਿਹੜਾ ਸਾਰਾ ਦਿਨ ਇੱਥੇ ਰਸ਼ ਲੱਗਾ ਰਹਿੰਦਾ ਨਾ ਇਹ ਤੇਰੇ ਮੁੱਲਾਂ ਦੀ ਵਜ੍ਹਾ ਤੋਂ ਲੱਗਾ ਰਹਿੰਦਾ ਮੈਂ ਤੇ ਇਹ ਨਾ ਕਵੀ ਕਿ ਅੱਬਾ ਐਂਜੀ ਕਿਤੇ ਫੌਜ 'ਚ ਕਰਕੇ ਆ ਗਿਆ ਵੇ ਅੱਬਾ ਸਾਰੇ ਗਾਹ ਕਹੀ ਇਹ ਮੁੱਲਾਂ ਦੀ ਵਜ੍ਹਾ ਤੋਂ ਤੇ ਥਾਣੇ ਛੱਡੇ ਵਾਲੀ ਜਿਹੜਾ ਕਿ ਮੈਂ ਤੈਨੂੰ ਮੈਂ ਲਿਆ ਦੇਣਾ ਵਾ ਮੈਂ ਵੀ ਤੇ ਗਾਂ ਵੀ ਉਹ ਲੱਭ ਦੁੱਧ ਪਈ ਦਿੰਦੀ ਹੈ ਸੋਹਣੇ ਮਾਲ ਤੇ ਕਹਿੰਦਾ ਮੁੱਲ ਇੰਜ ਲਾ ਮੇਰੇ ਪੁੱਤਰ ਜਿੰਜ ਮੈਂ ਤੈਨੂੰ ਦੱਸੇ ਨਹੀਂ ਉਂਜ ਲਾਣੇ ਇਹ ਮੈਂ ਗੱਲ ਤੂੰ ਸੁਣੀ ਹੈ ਨਾ ਕਿ ਮਾਂ ਪਿਓ ਜੇ ਬੰਦੇ ਨਾ ਮੰਨੀ ਉਹ ਕਿਸੇ ਕੰਮ 'ਚ ਕਾਮਯਾਬ ਨਹੀਂ ਹੋਏਗਾ ਚਲੋ ਜੀ ਕਰਵਾਈ ਜੀ ਸ਼ੋਅ ਚਾਸ ਆਏਗੀ ਜੀ ਠੀਕ ਹੈ ਜੀ ਚੇਤਰ 'ਚ ਜਾ ਕੇ ਜਦੋਂ ਖਾਂਗੜੀਆਂ ਹੋਣਗੀਆਂ ਉਦੋਂ ਵੀ ਇੰਨੇ ਦੀਆਂ ਵਿਕਣਗੀਆਂ ਮੇਰੇ ਮਾਸ਼ਾਅੱਲਾ ਜੀ ਲਓ ਜੀ ਦੋਸਤੋ ਝੋਟੀ ਨੰਬਰ 1 ਆ ਗਈ ਹੈ ਮਾਸ਼ਾਅੱਲਾ ਜੀ ਮੀਣੀ ਹੈ ਬਲਾਲ ਸਾਹਿਬ ਹਾਂ ਜੀ ਤੇ ਸਾਹਿਬ ਮੀਣੀ ਸਿੰਘ ਹਿਲਦੇ ਨੇ ਕਿ ਨਹੀਂ ਚੈੱਕ ਕਰ ਨਹੀਂ ਹਿਲਦੇ ਲਓ ਜੀ ਚੱਕਰ ਝੋਟੀ ਨੰਬਰ 1 ਆ ਗਈ ਮਾਸ਼ਾਅੱਲਾ ਜੀ ਲਿਬਾਸ ਦੋਸਤ ਸਮੇਂ ਦੇਣਾ ਅੰਮ੍ਰਿਤਸਰ ਜ਼ਰਾ ਲੰਮਾ ਚੱਕਰ ਲਵਾਉਣਾ ਬਲਾਲ ਸਾਹਿਬ ਦੇਖੋ ਕਰਮ ਜੀ ਬਾਜਾ ਸਾਹਿਬ ਕਿੰਨਵਾਂ ਸੁਬਾ ਸੂਈ ਹੈ ਤੇ ਕਿਦਣ ਦੀ ਸੂਈ ਹੈ ਤੇ ਸਾਹਿਬ ਆ ਦੂਸਰਾ ਦਿਨ ਦੋ ਦਿਨ ਹੋ ਗਏ ਸੂਈ ਲੈਣੇ ਪੈਸੇ ਸੁਬਾ ਕਿੰਨਵਾਂ ਸੂਈ ਹੈ ਇੱਧਰ ਲੈ ਆਈ ਲੈਣੇ ਪੈਸੇ ਸੁਬਾ ਦੂਸਰਾ ਸੂਈ ਹੈ ਤੇ ਦੂਸਰਾ ਸੁਬਾ ਸੂਈ ਹੈ ਦੋ ਹੀ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਪਿੱਛੇ ਤੇ ਜਾ ਕੀ ਹੈ ਪਿੱਛੇ ਕੱਟੀ ਜੇ ਕਰਮ ਵਾਲੀ ਬੜੀ ਅਮਰ ਸਾਹਿਬ ਖਿਲਾਰੋ ਹਾਂ ਜਰਾ ਚੱਲੋ ਜੀ ਪਿੱਛੇ ਤੇ ਕੱਟੀਏ ਤੇ ਕੱਟੀਏ 5 ਕਿਲਿਆਂ ਮਾਸ਼ਾਅੱਲਾ ਜੀ ਬੜੀ ਸੁਥਰੀ ਕੱਟੀ ਹੈ ਚਵੇ ਪੈਰ ਤੂੰ 6 ਨੇ ਇਹ ਦੋਸਤਾਂ ਵੇਖ ਲੈਣੇ ਨੇ 6 ਨਹੀਂ ਤੇ ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇ ਇੰਨੀ ਪਫ ਨਿਕਲਿਆ ਇੱਧਰ ਵੇਖੋ ਅਮਰ ਸਾਹਿਬ ਤੂੰ ਚਿਹਾ 5 ਕਿਲਿਆਂ ਵੀ ਕਵੋ ਉਹੀ ਦੱਸਿਆ 5 ਕਿਲਿਆਂ ਨੇ ਬੱਗੀ ਮੋਚੇ ਮਾਸ਼ਾਅੱਲਾ ਜੀ ਚਵੇ ਪੈਰ ਤੂੰ 6 ਨੇ ਇਹ ਵੇਖੋ ਭਲਾ ਅਸੀਂ ਦੋਏ ਸੋਹਣੇ ਲੱਗਦੇ ਨਹੀਂ ਅਗਰੀ ਲੱਗਦੇ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਤੇ ਵੇਖੋ ਹਾਂ ਪਹਿਲਾਂ ਥਾਣ ਵੀ ਨਜ਼ਰ ਆਉਂਦੇ ਨੇ ਪਏ ਕਿ ਨਹੀਂ ਕਿ ਨਹੀਂ ਆਉਂਦੇ ਤੇ ਨਹੀਂ ਆਉਂਦੇ ਨਹੀਂ ਆਉਂਦੇ ਕਾਲੇ ਦੇ ਵਾਲ ਅਸਲ ਦੇ ਵੈਰੀ ਗੁੱਡ ਆ ਜਿਹੜਾ ਗੱਲ ਸਾਫ਼ ਕਰੇ ਉਹਦਾ ਸਵਾਦ ਵੀ ਹੁੰਦਾ ਨਹੀਂ ਆਉਂਦੇ ਤੇ ਨਹੀਂ ਆਉਂਦੇ ਦੂਸਰਾ ਸੁਬਾ ਸੂਈ ਹੈ ਦੋ ਹੀ ਦਿਨ ਹੋ ਗਏ ਨੇ ਪਿੱਛੇ ਦੇ ਕੱਟੀ ਹੈ ਬੜੀ ਖੂਬਸੂਰਤ ਮਾਸ਼ਾਅੱਲਾ ਵੇਖੋ ਕੱਟੀ ਦੀ ਮੇਰੇ ਸੋਹਣੇ ਮਾਲ ਦੇ ਕਰਮ ਰਵੇਲ ਕੱਟੀ ਦੀ ਦੋਸਤਾਂ ਵੇਖ ਲੈਣੀ ਹੈ ਮਾਸ਼ਾਅੱਲਾ ਜੀ ਚੰਗੀ ਲਾਂਬ ਹੈ ਇਹ ਪੁੱਤਰ ਨੂੰ ਇਹ ਪੂਰੇ ਸ਼ੋਅ ਦੀ ਕੱਟੀ ਹੈ ਤੇ ਚੰਗੀ ਐਕਟਿਵ ਮਾਸ਼ਾਅੱਲਾ ਸਿਹਤਮੰਦ ਬੜੀ ਦੇਰ ਬਾਅਦ ਆਈ ਹੈ ਹਾਂਜੀ
ਰਵੇਲ ਤੇ ਹਾਈਟ ਝੋਟੀ ਦੀ ਦੋਸਤਾਂ ਵੇਖ ਲੈਣੀ ਹੈ ਮਸ਼ਾਅੱਲਾ ਜੀ, ਥਣ ਬੜੇ ਸੋਹਣੇ, ਦੋਹਰੇ ਥਣ ਲੱਗੇ ਨੇ ਜੀ, ਪਾਵਰਫੁਲ ਸਾਈਡ ਤੋਂ ਦੋਸਤਾਂ ਲਿਬਾਸ ਵੇਖ ਲੈਣਾ ਭਾਈ ਲਵਾਂ ਜ਼ਰਾ ਚੱਕਰ। ਬਾਜਲ ਸਾਹਿਬ ਬੋਲਾ ਕਿੰਨਾ ਜੀ ਦੋਵਾਂ ਟਾਈਮਾਂ ਦਾ ਜਾ ਸਮੇਤ? ਇਹ ਇਸ ਟਾਈਮ ਤਾਈਬ ਸਾਹਿਬ ਠੰਡਾ ਕਰਕੇ ਮੇਰੇ ਕੋਲ 12 ਕਿਲੋ ਬੋਲਾ ਹੋਏਗਾ ਦੋਵਾਂ ਟਾਈਮ, 12 ਕਿਲੋ ਬੋਲਾ ਠੰਡਾ ਕਰਕੇ ਜਾ ਸਮੇਤ ਗਰੰਟੀ ਝੋਟੀ ਸਾਮਤ ਵੇਖਣੀ ਧੁਨੀ ਕੋਲ ਨਾ ਹੁੰਦੇ ਬਰਾਬਰ ਜੀ। ਬਾਜਵਾ ਸਾਹਿਬ ਆਓ ਜੀ, ਝੋਟੀ ਨੰਬਰ 1 ਦਾ ਲਾਓ ਰੇਟ ਸਾਹਿਬ। ਜੇ ਭਰਾ ਨੂੰ ਪਸੰਦ ਆਏ ਝੋਟੀ ਦਾਂਗੇ 3,55,000 ਤੇ। 3,55,000 ਚੀਜ਼ ਦੋਸਤਾਂ ਵੇਖ ਲੈਣੀ, ਇੱਕ ਨਹੀਂ ਹੈ ਦੋ ਹੀ ਨੇ ਪਿੱਛੇ ਤੇ ਕੱਟੀ ਹੈ ਮਾਸ਼ਾਅੱਲਾ ਜੀ। ਕੀਮਤ 3,55,000 ਅੱਗੇ ਆ ਗਈ ਝੋਟੀ ਨੰਬਰ 2 ਮਿੰਨੀ ਤੇ ਹੈ ਵੀ ਪੂਰਾ ਬ੍ਰਾਂਡ ਵਾਈਟ ਚਿਹਰਾ ਪਿਛਲੇ ਪੈਰ ਤੋਂ ਚਿੰਨੇ ਦੋਸਤਾਂ ਵੇਖ ਲੈਣੇ ਨੇ। ਲਵਾ ਜੀ ਚੱਕਰ ਅਗਲਾ ਇੱਕ ਭੁਜਿਆ ਇੱਕ ਨੇ ਤੇ ਸਾਹਿਬ ਪੁਸ਼ਲਾ ਦੀ ਬਲਾਲ ਸਾਹਿਬ ਹਾਓ ਜੀ ਦੀ ਇਹ 5 ਨੇ 4 ਕਲੀਆਂ ਹਨ ਸੁਬੇਦਾ ਸਾਹਿਬ ਜੀ ਜੀ ਇਹਦੀ ਪੁਸ਼ਲ ਦੇਖੋ ਜਿਵੇਂ ਸੱਪ ਨੇ ਕੋਲੇ ਮਾਰਿਆ 5 ਕਲੀਆਂ ਆ ਜੀ ਉੱਪਰ ਨਾਲ ਟਾਈਮ ਭੁਜਿਆ ਸੁਬੇਦਾਰ ਸਾਹਿਬ 5 ਕਲਿਆਣ ਇਹ ਤਾਂ ਲਾਓ ਜਰਾ ਪੁਸ਼ਲ ਫੜ ਕੇ ਵਹਾਓ ਓਏ ਇੱਧਰ ਕੀ ਆਉਣਾ ਪਹਿਲਾਂ ਇੱਧਰ ਆਓ ਹਾਂ ਜੀ ਤੇ ਆਉਣਾ ਇਹ ਨਜ਼ਾਰਾ ਦੋਸਤਾਂ ਵੇਖਣਾ ਮਾਸ਼ਾਅੱਲਾ ਇੱਧਰ ਆਓ ਮੇਰੇ ਸੋਹਣੇ ਮਾਲਕ ਦੇ ਉਧਰ ਰੋਕੋ ਪਾਸੇ ਹੋ ਕੇ ਪਰ ਥਕੇਵਾ ਲਾਓ ਤੇ ਫਿਰ ਤਰ ਸ਼ੁਰੂ ਕਰ ਦੀ ਇੱਕ ਮੂੰਹ ਵਿੱਚ ਇੱਕੋ ਤੈਯਬ ਸਾਹਿਬ ਉੱਚਾ ਸਹੀ ਹੈ ਇਹ ਤੈਯਬ ਸਾਹਿਬ ਜੇ ਚਾਸ ਡਰਦੀ ਹੈ ਭਈ ਡਰਦੀ ਹੈ ਭਈ ਕੋਈ ਗੱਲ ਨਹੀਂ ਪਿਆਰ ਕਰਦੀ ਹੈ ਡਰਦੀ ਪਿਆਰ 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 ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਬਾਜਵਾ ਸਾਹਿਬ ਡਰਦੀ ਵੀ ਤਾਂ ਮੂੰਹ ਵੱਡਿਆ ਮਤਲਬ ਕੋਈ ਗੱਲ ਨਹੀਂ 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 ਪਿਛਲੇ ਪੈਰ ਦੋਸਤਾਂ ਵੇਖ ਲੈਣੇ ਦੋਵੇਂ ਅਗਲਾ ਉਹ ਸੈਂਟਰ ਦੇ ਵਿੱਚੋਂ ਲਗਾ ਤੂੰ ਚਾਹ ਜੀ ਬਰੀਕ ਚਮੜੀ ਹੈ ਮਾਸ਼ਾਅੱਲਾ ਜੀ ਰਵੇਲ ਤੇ ਹਾਈਟ ਦੋਸਤਾਂ ਵੇਖ ਲੈਣੀ ਹੈ ਠੀਕ ਹੈ ਜੀ ਸਾਹਿਬ ਜੱਫਾ ਮਾਰਿਆ ਤੇ ਇੱਧਰ ਤੇ ਵੇਖੋ ਇੱਧਰ ਤਾਂ ਮੇਰੇ ਸੋਹਣੇ ਮਾਲ ਦੇ ਕਰਨ ਨਾਲ ਇਹ ਸੋਨਾ 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 ਮੋਰ ਲੱਗ ਗਈ ਇਹਨਾਂ ਨੂੰ ਸੋਣ ਕੀਤੀ ਨਾ ਗੱਲ ਪਿਆਰ ਦੀ ਦੂਸਰਾ ਸੁਬਾ ਸੂਈ ਹੈ ਸੁਬਾ ਸੂਈ ਹੈ ਪਿੱਛੇ ਦੇ ਕੱਟੀ ਇਹਦੇ ਪਿੱਛੇ ਵੀ ਕੱਟੀ ਹੈ ਕੱਟੀ ਵੀ ਸੋਹਣੀ ਹੈ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਫਿਰ ਵੇਖ ਲੈਣ ਗਰਮਾਲੀ ਵੰਡ ਬੜੀ ਬੋਲਾ ਕਿੰਨਾ ਬਲਾ ਸਾਹਿਬ ਪਹਿਲੀ ਚਵਾਈ ਚ ਕੀ ਬੋਲਾ ਪਹਿਲੀ ਚਵਾਈ ਚ ਕੋਈ 7 ਕਿਲੋ ਬੋਲਾ ਕੱਢਿਆ ਇੱਕ ਚਵਾਈ ਕੀਤੀ ਹੈ ਹਾਂਜੀ ਇੱਕ ਚਵਾਈ ਆ ਕੱਟੀ ਦੋਸਤਾਂ ਵੇਖ ਲੈਣੀ ਕੱਟੀ ਦੇ ਪਿਛਲੇ ਪੈਰ ਵੀ ਤੂੰ ਚੇਤ ਮਾਸ਼ਾਅੱਲਾ ਜੀ ਅਗਲਾ ਵੀ ਇੱਕ ਤੂੰ ਚਾ ਤੇ ਫਿਰ ਸੋਹਣੀ ਦੋਸਤਾਂ ਵੇਖ ਲੈਣਾ ਫੜਿਓ 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 ਨੰਬਰ 2 ਤੇ ਚੈੱਕ ਕਰਵਾਉਂਦੇ ਆ ਤੇ ਸੋਹਣੀ ਵੇਖੋ ਫਿਰ ਕੱਟੀ ਜੀ ਕੱਟੀ ਵੇਖੋ ਮੇਰੇ ਸੋਹਣੇ ਮਾਲਕ ਦੇ ਕਰਨਾ ਜੇ ਸ਼ੇਰ ਨਹੀਂ ਹੁੰਦੀ ਇਹ ਸ਼ੇਰ ਨਹੀਂ ਮਾਸ਼ਾਅੱਲਾ ਜੀ ਇੱਕ ਸ਼ੇਰ ਨਹੀਂ ਹੁੰਦੀ ਰ ਫਿਰ ਸੁਣ ਤੇ ਇਹਦੀ ਪਿੱਛੋਂ ਬਰੀਕਲ ਕਰੋ ਉਧਰ ਕਰੋ ਠੀਕ ਹੈ ਜੀ ਲਾ ਚਲੋ ਜੀ ਭਾਈ ਅੱਖਾਂ ਦੋਏ ਬਿੱਲੀਆਂ ਜਿਹਨੂੰ ਨਹੀਂ ਜਾ ਚੋ ਵੀ ਚੋਵੇ ਧਾਰ ਭੋਲੀ ਪਾਲੀ ਅੱਬੇ ਕੋਲ ਜ਼ਿਆਦਾ ਬਦਾਮ ਨਹੀਂ ਖਾਦੇ ਲਾ ਜਾ ਡਰਦੀ ਨਹੀਂ ਡਰਦੀ ਕਿਥੋਂ ਲਾ ਜਾ ਤੇਰੇ ਸਾਥ ਪਿਛਾ ਹਟੋ ਪਿਛਾ ਕੋਈ ਹੋਇਆ ਪਿਛਾ ਠੀਕ ਹੈ ਜੀ ਚੈੱਕ ਕਰਵਾ ਦਿੱਤੀ ਜੀ ਬਲਾ ਸਾਹਿਬ ਜੋ ਵੀ ਤੇ ਬਰੀਕੀ ਵੇਖੋ
ਬਰੀਕ ਝੋਟੀ ਇਹਦੀ ਚਮੜੀ ਬਰੀਕ ਜੀ ਭਾਈ ਸਾਹਿਬ ਉਹਦੀ ਪੁਛਲੀ ਬਰੀਕ ਦੱਸੀ ਦੋਸਤ ਵੇਖੋ ਚੈੱਕ ਕਰੋ ਜੀ ਬਲਾਲ ਨੇ ਚਮੜੀ ਫੜ ਲਈ ਜੀ ਬਲਾਲ ਠੀਕ ਹੈ ਇਹਦਾ ਰੇਟ ਹੋਏਗਾ 4.5 ਵੀ ਨੇ ਨਾ 4 ਇਹਦੇ ਚਿਹਰੇ ਦਾ ਮੁੱਲ ਹੋਣਾ 3,70,000 3,70,000 ਮਾਸ਼ਾਅੱਲਾ ਜੀ ਕੀ ਕਰਦੀ ਪਈ ਸੋਨੀ ਪੱਟ ਪਾਈ ਅੱਜ ਸਵੇਰ ਹੀ ਸੂਈਏ ਦੂਸਰਾ ਸਵੇਰ ਸੂਈਏ ਕੀ ਬਾਤ 3,70 ਕਿਉਂ ਪਸੰਦ ਕਿਉਂ ਇੰਨੀ ਵੀਡੀਓ ਚੱਲਦੀ ਏ ਇਹਦਾ ਵਿੱਚੋਂ ਘਟਾਇਆ ਕਰੋ ਸੋਨੇ ਮਾਲ ਤੇ ਕਰਮ ਨਾਲ ਉਹਦਾ ਨਹੀਂ3,65,000 ਹੋ ਗਿਆ ਪੂਰੀ ਖੂਬਸੂਰਤ ਝੋਟੀ ਹੈ ਮਾਸ਼ਾਅੱਲਾ ਜੀ ਮੂੰਹ ਕਿਸ ਤਰ੍ਹਾਂ ਮੇਬਾ ਤਰ੍ਹਾਂ ਮੂੰਹ ਚਿੱਟਾ ਜਿਵੇਂ ਬਲਾਤੀ ਗਾਵਾਂ ਦੇ ਹੁੰਦੇ ਨੇ ਲੋ ਜੀ ਦੋਸਤ ਝੋਟੀ ਨੰਬਰ 3 ਆ ਗਈ ਮਾਸ਼ਾਅੱਲਾ ਜੀ ਬਾਜਾ ਸਾਹਿਬ ਕਿੰਨਾ ਸਵਾ ਸੂਈ ਤੇ ਕਿੰਨਾ ਸੂਈ ਸਾਹਿਬ ਦੂਸਰਾ ਸਵਾ ਸੂਈ ਤੇ ਕਰਮਾ ਦੇ ਥੱਲੇ ਵੇਖੋ ਕਿੰਨਾ ਜ਼ਾਰਾ ਕਰਾ ਲਬਾਜ਼ ਦੋ ਸਾਹਿਬ ਪੁੱਤਰ ਇਹਨੂੰ ਤੀਸਰਾ ਵੀ ਕਰ ਤੀਸਰਾ ਹੀ ਸੰਭਲੇ ਕੋ ਦੋਸਤ ਚਲੋ ਕੋਈ ਭਾਈ ਜੀ ਵੇਖੋ ਦੂਸਰੇ ਤੀਸਰੇ ਸਵੇ ਪਤਾ ਮੈਂ ਕਿਉਂ ਲਿਆਉਣਾ ਜਿਹੜਾ ਬਾਲਟਾ ਰੱਖ ਲਓ ਬਾਲਟਾ ਤੇ ਹੜੱਬ ਕਰਕੇ ਬਾਹਰ ਕੱਢਣ ਨਾ ਇਹ ਇਹਨਾਂ ਨਿੱਕੀ ਜੀ ਬਾਲਟੀ ਰੱਖ ਲਓ ਪਹਿਲਾਂ ਦਿਲ ਬਾਲਟੀ ਰੱਖ ਲਓ ਇੰਨਾ ਸਾ ਚੋਲਿਆ ਤੇ ਜਲਵੇ ਅੱਲਾ ਦਾ ਸਲਾਮ ਅਲੈਕਮ ਜੀ ਬਲਾ ਸਾਹਿਬ ਦਿਨ ਕਿੰਨੇ ਹੋ ਗਏ ਸੋਇਆ ਦਿਨ 7 ਕੋ ਹੋ ਗਏ ਜੀ ਭਾਈ ਲਵਾ ਚੱਕਰ ਦਾ 7 ਕ ਦਿਨ ਹੋ ਗਏ ਨੇ ਤੀਸਰਾ ਸਵਾ ਸੂਈਏ ਥਣ ਸਾਈਡ ਤੋਂ ਦੋਸਤਾਂ ਵੇਖ ਲੈਣੇ ਧੁੰਨੀ ਤੇ ਕੋਲ ਵੀ ਵੇਖ ਲੈਣੀ ਮਾਸ਼ਾਅੱਲਾ ਜੀ ਦੇਖੋ ਜਰਾ ਕੇ 7 ਕ ਦਿਨ ਹੋ ਗਏ ਨੇ ਤੇ ਦੁੱਧ ਕਿੰਨਾ ਦੂਆ ਟਾਈਮਾਂ ਤੇ ਜਾ ਸਮੇਤ ਦੁੱਧ 11 ਕਿਲੋ ਹੋਏਗਾ ਤੇਈਬ ਸਾਹਿਬ ਪੁੱਠਾ ਦੋਸਤਾਂ ਵੇਖ ਲੈਣਾ ਸਿੰਗਲ ਹੱਡੀ ਹੈ ਮਾਸ਼ਾਅੱਲਾ ਜੀ ਐਦੀ ਪਸ਼ਮ ਵੀ ਬਰੀਕ ਹੈ ਕੱਟੀ ਖਾਓ ਜੀ ਛੇ ਕੱਟੀ ਪਿੱਛੇ ਦੇ ਕੱਟੀ ਆ ਮਾਸ਼ਾਅੱਲਾ ਜੀ ਆ ਤੀਸਰੀ ਝੋਟੀ ਵਾਣਨੇ ਆ ਜੀ ਦੂਆਂ ਪਿੱਛੇ ਕੱਟੀ ਜਾਂਦੇ ਆ ਤੀਸਰੀ ਪਿੱਛੇ ਵੀ ਕੱਟੀ ਬਾਬਾ ਸਾਹਿਬ ਕਰੀ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਵੇਖੋ ਪੂਛਲਾ ਉਹ ਮੇਰਾ ਵੀਰ ਨਹੀਂ ਪਾਉਂਦਾ ਤੇ ਮੈਂ ਪੂਛਲ ਜੇ ਚ ਪਾਵਾਂ ਨਾ ਕਿ ਤੁਸੀਂ ਆਖੋ ਕਿ ਕੀ ਪੂਛਲ ਆਈ ਨਹੀਂ ਅੱਜ ਤਰਵਾਂ ਦੀ ਆਈ ਜਾਂਦੀ ਹੈ ਸੋਹਣੇ ਮਾਲਕ ਤੇ ਥੱਲੇ ਲਬਾਸ ਪੂਰਾ ਕਰੀ ਲਬਾਸ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਬਲਾਸ ਸਾਹਿਬ ਕਿੰਨਾ ਦੁੱਧ ਦੱਸਿਆ ਦੂਆਂ ਟਾਈਮਾਂ ਦਾ 11 ਕਿਲੋ ਫੇ ਲਾ ਵੇਖ 11 ਕਿਲੋ ਦੁੱਧ ਤੇਈਬ ਸਾਹਿਬ ਇੱਥੇ ਹੀ ਤਾਂ ਰੱਖ ਲਾੜਨੀ ਹੈ ਹੈਲੋ ਲਾ ਵੇਖੋ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਇਹ ਮੂੰਹ ਲੰਮਾ ਬੂਥੀ ਲੰਮੀ ਵੇਖੋ ਕਿੱਡੀ ਏ ਤੇਈਬ ਸਾਹਿਬ ਜਿੰਨਾ ਮੇਰਾ ਕੱਦ ਹੈ ਨਾ ਏਡਾ ਲੰਮੀ ਉਹਦੀ ਧੌਣ ਤੇ ਮੂੰਹ ਹੈ ਮੇਰੇ ਸੋਹਣੇ ਮਾਲਕ ਦੇ ਕਰਮ ਮਾਸ਼ਾਅੱਲਾ ਜੀ ਆ ਵੇਖੋ ਸਾਰੀਆਂ ਪਿਆਰ ਵਾਲੀਆਂ ਨੇ ਸਿੰਗ ਮਾਰ ਕੇ ਪਰ ਸੁੱਟਣ ਵਾਲੀਆਂ ਚੰਗੀ ਹਾਈਟ ਏ ਚੰਗੀ ਰਵੇਲ ਮਾਸ਼ਾਅੱਲਾ ਜੀ ਤੀਸਰਾ ਸੂਆ ਸੂਈ ਏ ਬਲਾ ਸਾਹਿਬ ਦੁੱਧ ਕਿੰਨਾ ਦੱਸਿਆ ਦੂਆ ਟਾਈਮ 11 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਜਾ ਸਮੇਤ ਪਿੱਛੇ ਦੇ ਕੱਟੀ ਕੱਟੀ ਦੋਸਤਾਂ ਚੈੱਕ ਕਰਵਾ ਦੀ ਸੁਵਿਧਾ ਸਾਹਿਬ ਲੈ ਚਲੋ ਜੀ ਲਬਾਸ ਦੋਸਤਾਂ ਨੇ ਇੱਕ ਦਫਾ ਫਿਰ ਵੇਖ ਲੈਣਾ ਪਿਛਲੀ ਸਾਈਡ ਤੋਂ ਉਧਰ ਬਰੀਕ ਚਮੜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਬਲਾਸ ਸਾਹਿਬ ਆਓ ਸਾਹਮਣੇ ਤੇ ਲਾਓ ਰੇਟ ਤੇਈਬ ਸਾਹਿਬ ਝੋਟੀ ਨੰਬਰ 3 ਦਾ 5,00,000 ਠੀਕ ਹੈ ਤਾਂ ਕਿ ਨਹੀਂ ਤੈਨੂੰ ਮੱਝ ਆਖੋ ਮੱਝ ਨੰਬਰ ਆਖੋ ਤੇਈਬ ਸਾਹਿਬ ਮੱਝ ਨੰਬਰ 3 ਦਾ ਕੀ ਮੁੱਲ ਹੈ ਮੇਰੇ ਸੋਹਣੇ ਮੱਝ ਦੇ ਤਾਂ ਮੁੱਲ ਪੁੱਤਰ ਇੰਜ ਲਾਏ ਜਿਹੜਾ ਪਹਿਲਾਂ ਵੇਖਿਆ ਜਿਹਨੇ ਮੱਝ ਲੈਣੀ ਹੋਏ ਆਖੇ ਬਲਾਲ ਪੁੱਤਰ ਆ ਮੇਰੀ ਆ 3,45,000 ਮਾਸ਼ਾਅੱਲਾ ਜੀ ਚੀਜ਼ ਦੋਸਤਾਂ ਵੇਖ ਲੈਣੀ ਤੀਸਰਾ ਸੂਆ ਸੂਈ ਹੈ ਲਬਾਸ ਚੰਗਾ ਕੀਮਤ 3,45,000
ਅਗਰ ਕੱਟੀ ਵੀ ਸੋਹਣੀ ਮੇਰੇ ਸੋਹਣੇ ਮਾਲਕ ਦੇ 345 ਜੇ ਇੱਕ ਨਹੀਂ ਰੋਲਾ ਬਚਾਣੀ ਪਿੱਛੇ ਵੀ ਕੱਟੀ ਚੈੱਕ ਕਰਵਾਈਏ ਕੱਟੀ ਮੇਰੇ ਸੋਹਣੇ ਮਾਲਕ ਅੱਗੇ ਆ ਗਈ ਝੋਟੀ ਨੰਬਰ 4 4 ਹੀ ਝੋਟੀਆਂ ਨੇ ਤੇ 4 ਗਾਵਾਂ ਸ਼ਾਮਿਲ ਕਰਾਂਗੇ ਝੋਟੀ ਨੰਬਰ 4 ਆ ਗਈ ਮਾਸ਼ਾਅੱਲਾ ਜੀ ਪਹਿਲਾਂ ਪਹਿਲਾਂ ਨੇ ਤੇ ਪੂਰੀ ਪਹਿਲਵਾਨ ਨਾਮੀ ਪਹਿਲਾਂ ਜੀ ਬਲਾਲ ਸਾਹਿਬ ਕਿੰਨੇ ਦਿਨ ਹੋ ਗਏ ਸੋਇਆ 23 ਸਾਲ ਹੈ ਦਿਹਾੜੇ 10 ਕੋ ਗਏ ਸੋਈ 10 ਦਿਨ ਹੋ ਗਏ ਨੇ ਪਹਿਲਾਂ ਹੀ ਸੁਬਾਹ ਸੋਈ ਹੈ ਇਹਦੇ ਪਿੱਛੇ ਕੀ ਹੈ ਕਟਾ ਇਹਦੇ ਪਿੱਛੇ ਇੱਕ ਪਿੱਛੇ ਕਟਾ ਤੇ ਇਹ ਦੋਸਤਾਂ ਕਟਾ ਵੀ ਹੋਣਾ ਜੀ ਇੱਥੇ ਦਾ ਰਾਥਾ ਹੀ ਅੱਜ ਆਪ ਸ਼ਾਂ ਕਰ ਕਾਲੀ ਸਿਆਹ ਸਿਰ ਪੁਸ਼ਲ ਦੇ ਚੰਦਵਾਲ ਸਫੇਦ ਨੇ ਹਾਂਜੀ ਤੇ ਫਿਰ ਇਹ ਵੀ ਲਾੜ ਪਿਆਰ ਵਾਲੀ ਹੈ ਚਿਹਰੇ ਦੀ ਖੂਬਸੂਰਤੀ ਤੋਂ ਪਸਾ ਵੇਖ ਲੈਣੀ ਹੈ ਅੱਖਾਂ ਦੇ ਰੰਗ ਦੋਸਤਾਂ ਵੇਖ ਨਹੀਂ ਪਹਿਲਾਂ ਨਹੀਂ ਹੁੰਦਾ ਪਹਿਲਾਂ ਕਿਸੇ ਨੂੰ ਫੜਿਆ ਹੈ ਮੂੰਹ ਇਹਦੇ ਬਸ ਪੱਠੇ ਪੁੱਠੇ ਪੁਆਈ ਪੁਈ ਦੇ ਤੇ ਕਿੰਨੀਆਂ ਸਾਊ ਮੇਰੇ ਸੋਹਣੇ ਮਾਲ ਦੇ ਕਰਮ ਚਿਹਰੇ ਦੀ ਖੂਬਸੂਰਤੀ ਬਣਾਵਟ ਦੋਸਤਾਂ ਵੇਖ ਨਹੀਂ ਇੱਕ ਅੱਖ ਕਾਲੀ ਹੈ ਤੇ ਇੱਕ ਬਿੱਲੀ ਹੈ ਜੀ ਬਹੁਤ ਸਾਊ ਇੱਥੇ ਕਰਾਓ ਚੈੱਕ ਪਹਿਲਾਂ ਸੁਬਾਹ ਸੂਈਏ 10 ਕੁ ਦਿਨ ਹੋ ਗਏ ਦੁੱਧ ਕਿੰਨਾ ਦੂਆ ਟਾਈਮਾਂ ਦਾ ਦੁੱਧ ਹੋਏਗਾ 11 ਕਿਲੋ ਦੁੱਧ ਦੀ ਗਰੰਟੀ ਹੋ ਗਈ ਜੀ ਜਾਸ ਸਮੇਤ ਲਿਬਾਸ ਦੋਸਤਾਂ ਵੇਖ ਲੈਣ ਲਿਬਾਸ ਚੰਗਾ ਜੀ ਪਹਿਲਾਂ ਸੁਬਾਹ ਸੂਈਏ ਬਲਾਲ ਸਾਹਿਬ ਜਾ ਪਰਾਂ ਠੀਕ ਹੈ ਜੀ ਰੇਟ ਲਾਓ ਜੀ ਬਲਾਲ ਸਾਹਿਬ ਇਹਦਾ ਰੇਟ ਹੋਏਗਾ 3,46,000 ਝੋਟੀ ਨੰਬਰ 4 ਹੀ ਤੇ ਕੀਮਤ 3,40,000 ਪਹਿਲਣ ਇਧਰ ਵੇਲ ਵਹਾਇਓ ਕਰਮਾਲੀ ਪਹਿਲਣ ਹੋ ਕੇ ਕੀਮਤ ਦੋਸਤਾਂ ਵੇਖਣੀ ਜੀ 3,40,000 ਸਿੱਧਾ ਮੂੰਹ ਦੇ ਵੇਲ ਤੈਯਬ ਸਾਹਿਬ ਜਿੱਦਣ ਚੇਤਰ ਚੜੇਗਾ ਆਈਦੋ 6-7 ਮਹੀਨਿਆਂ ਨੂੰ ਇਹ ਸਾ ਇਧਰ ਵੇਖੋ ਰਵੇਲ ਕਰਮਾਲ ਦੀ ਕਿਡੀ ਰਵੇਲ ਦੋਸਤਾਂ ਵੇਲੇ ਚੰਗੀ ਰਵੇਲ ਮਾਸ਼ਾਅੱਲਾ ਜੀ ਤੈਯਬ ਸਾਹਿਬ ਜਿੱਦਣ ਚੇਤਰ ਚੜੇਗਾ ਨਾ 5-6 ਮਹੀਨਿਆਂ ਨੂੰ ਮੇਰੇ ਸੋਹਣੇ ਮਾਲਕ ਦੇ ਕਰਨ ਨਾਲ ਜਿਹੜਾ ਮੁੱਲ ਵੀ ਲਾਂਦਾ ਇਦੋਂ ਵੀ ਮੁੱਲ 10,000 ਵੱਧ ਹੀ ਵਿਕੇ ਠੀਕ ਹੈ ਜੀ ਕੀਮਤ 3,40,000 ਹੋ ਗਈ ਅੱਗੇ ਆ ਗਈ ਜੀ ਵੈਰ ਨੰਬਰ 1 4 ਵੈਰਾਂ ਆ ਗਿਆ ਵੇਖਿਓ ਹਲਾਇਆ ਨਾ ਤੇ ਆਪਣੀ ਜਗ੍ਹਾ ਤੇ ਆ ਗਿਆ ਆਪਣੇ ਆਪ ਹੀ ਆ ਗਿਆ ਚਾਰ ਵੈਰਾਂ ਨੇ ਮਾਸ਼ਾਅੱਲਾ ਜੀ ਚੰਗੇ ਨਸਰੀ ਵੈਰਾਂ ਨੇ ਮਾਸ਼ਾਅੱਲਾ ਪਹਿਲਵਾਨ ਅਮਰ ਸਾਹਿਬ ਜਰਾ ਲੰਮਾ ਚੱਕਰ ਲਵਾਣਾ ਤੈਨੂੰ ਅੱਜ ਆ ਜਾਓ ਬਲਾਹ ਨਾਲ ਜੀ ਬਲਾਹ ਸਾਹਿਬ ਕਿੰਨਾ ਸੁਆ ਸੂਈ ਹੈ ਤੇਬ ਸਾਹਿਬ ਦੂਸਰਾ ਸੁਆ ਕਰਮ ਵਾਲੀ ਸੂਈ ਦੇ ਦਿਨ 2 ਦਿਨ ਹੋ ਗਏ ਸੂਈ 2 ਦਿਨ ਹੋ ਗਏ ਨੇ ਬੋਲਾ ਕਿੰਨਾ ਦੂਆ ਟਾਈਮਾਂ ਦਾ ਇਸ ਟਾਈਮ 14 ਕਿਲੋ ਬੋਲਾ ਹੈਗਾ ਵੈਰ 14 ਕਿਲੋ ਬੋਲਾ ਮਾਸ਼ਾਅੱਲਾ ਜੀ 2 ਹੀ ਦਿਨ ਹੋ ਗਏ ਚੰਗਾ ਪੁੱਠਾ ਸਿਹਤਮੰਦ ਵੈਰ ਮਾਸ਼ਾਅੱਲਾ ਜੀ ਦੂਸਰਾ ਸੁਬਾਹ ਸੂਈਏ ਜਾ ਕੀ ਪਿੱਛੇ ਪੂਰੀ ਪਲਵਾਨ ਬੱਚੀ ਬੱਚੀ ਵੀ ਪਿੱਛੇ ਦੇ ਬੱਚੀ ਹੈ ਮਾਸ਼ਾਅੱਲਾ ਜੀ ਦੋ ਦਿਨਾਂ ਦਾ ਜਾਏ ਜਾ ਦੋਸਤਾਂ ਵੇਖ ਲੈਣਾ ਬਲਾਲ ਸਾਹਿਬ ਨਸਲ ਕੀ ਹੈ ਵੈਰ ਦੀ ਉਹ ਵੀ ਕਾਲੀ ਇਹ ਵੀ ਕਾਲਾ ਮੈਂ ਵੀ ਕਾਲਾ ਇਹ ਵਿੱਚ ਗੋਰੀ ਸੋਹਣੇ ਮਾਲਕ ਦੇ ਘਰ ਨਾਲ ਵੇਖੋ ਤਿੰਨੇ ਕੈਸੇ ਬਲਾਲ ਵੀ ਗੋਰਾ ਬਲਾਲ ਗੋਰਾ ਜਦੋਂ ਵੀ ਪਿਆਰ ਕਰੋ ਤੈਯਬ ਸਾਹਿਬ ਕਾਲੇ ਨਾ ਕਰੋ ਕਾਲਾ ਵਫਾਦਾਰ ਵੀ ਹੁੰਦਾ ਜੇ ਮੇਰੇ ਸੋਹਣੇ ਉਹ ਜਿਹੜਾ ਗੋਰਾ ਦੂਜਾ ਤੁਹਾਡਾ ਸੱਜੇ ਨੇ ਉਹ ਦੇਖੋ ਕਾਲਾ ਇਹ ਕਾਲੀ ਹੈ ਨਾ ਤੇ ਜਾਓ ਜਿਹੜਾ ਵੀ ਮੇਰਾ ਭਰਾ ਲੈਗਾ ਜਿੰਨਾ ਦੁੱਧ ਕਹੇਗਾ ਨਾ ਉਹਨਾਂ ਮੇਰੇ ਸੋਹਣੇ ਮਾਲ ਕਰਮ ਨਾਲ ਕਰਦੀ ਰਹੇਗੀ ਸਭ ਫਰਾਜ਼ ਵੀ ਗੋਰਾ ਫਰਾਜ਼ ਦੇ ਬਾਰੇ ਚ ਕੀ ਤੁਹਾਡੀ رائے ਵੀ ਗੋਰਾ ਮੈਨੂੰ ਰਹਿ ਤੇ ਮਤਲਬ ਮੇਰੀ ਵੀਡੀਓ ਹੀ ਨਾ ਬਣਾਏ ਆਖੇ ਮੈਨੂੰ ਤੁਸੀਂ ਵੀਡੀਓ ਵਿੱਚ ਮਿਲਣ ਬੰਨਿਆ ਗੋਰਾ ਹੈ ਲੋ ਜੀ ਦੋਸਤੋ ਮੁਕੰਮਲ ਨਜ਼ਾਰਾ ਕਰਨਾ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਵੇਖ ਲੈਣਾ ਬਲਾਲ ਸਾਹਿਬ ਬੋਲਾ ਕਿਹਨਾਂ ਦਾ ਸਾਡਾ ਟਾਈਮ ਦਾ ਤੈਯਬ ਸਾਹਿਬ ਫਿਰ ਮੇਰੇ ਸੋਹਣੇ ਮਾਲ ਦੇ ਕਰਨਾ ਡੱਬ ਵਾਲਾ ਲਿਬਾਸ ਹੈ ਤੇ ਥਣ ਦੋਸਤਾਂ ਵੇਖ ਲੈਣਾ ਸੋਹਣਾ ਪਾਵਰਫੁਲ ਥਣ ਲੱਗੇ ਗਾਂ ਮੱਝ ਡੱਬ ਵਾਲਾ ਲਿਬਾਸ ਹੋਏ ਪੁੱਛਦੀ ਦੁੱਧ ਕਿੰਨਾ ਦਿਆਂ ਮਾਸ਼ਾਅੱਲਾ ਜੀ ਜੀ ਜੀ
ਲੋ ਜੀ ਦੋਸਤੋ ਸਿਹਤ ਪਾਲਿਆ ਦਾ ਵੇਖਣਾ ਮਾਸ਼ਾਅੱਲਾ ਜੀ ਲਾਮ ਛੋਟੀ ਜੀ ਰਵੇਲ ਤੇ ਹਾਈਟ ਦੋਸਤਾਂ ਵੇਖ ਲੈਣੀ ਦੁੱਧ ਵੀ 17-18 ਕਿਲੋ ਕਰਨ ਵਾਲੀ ਕੱਚੀ ਚਿਹਰਾ ਦੋਸਤਾਂ ਵੇਖਣਾ ਛੋਟਾ ਜਿਹਾ ਚਿਹਰਾ ਮਾਸ਼ਾਅੱਲਾ ਜੀ ਨੰਬਰ 1 ਤੇ ਚੈੱਕ ਕਰਵਾਉਣੇ ਦੂਜਾ ਸੁਬਹ ਸੂਈ ਹੈ ਦੋ ਹੀ ਦਿਨ ਹੋ ਗਏ ਨੇ ਪਿੱਛੇ ਦੇ ਵੱਛੀ ਹੈ ਵੱਛੀ ਦੋਸਤਾਂ ਚੈੱਕ ਕਰਵਾ ਦਿੱਤੀ ਹੈ ਲਬਾਸ ਇੱਕ ਦਫ਼ਾ ਫਿਰ ਵੇਖ ਲੈਣ ਤੇ ਬਲਾਸ ਸਾਹਿਬ ਲਾਓ ਜੀ ਰੇਟ ਇਹ ਤਾਂ ਵੈਰ ਕੱਚੀ ਸੂਈ ਦੇ ਵੈਰ ਕੱਚੀ ਸੂਈ ਸਾਡੇ ਉੱਤੇ ਲੱਗ ਗਈ ਚਿਹਰੇ ਦੀ ਖੂਬਸੂਰਤੀ ਬਣਾਵਟ ਦੋਸਤਾਂ ਵੇਖ ਲੈਣੀ ਹੈ ਜੀ ਮਾਸ਼ਾਅੱਲਾ ਜੀ ਇਹਨਾਂ ਲਾੜ ਪਿਆਰ ਹੁੰਦਾ ਤੇ ਚਿਹਰੇ ਤੋਂ ਸ਼ੁਰੂ ਹੁੰਦਾ ਮੇਰੇ ਸੋਹਣੇ ਮਾਲਕ ਦੇ ਕਰਨਾ ਜੀ ਬਲਾ ਸਾਹਿਬ ਕਿੰਨਾ ਸੁਭਾ ਸੂਈ ਹੈ ਇਹ ਸਭ ਦੂਸਰਾ ਸੁਭਾ ਤੇ ਛੋਟੀ ਜੀ ਕਿੰਨੇ ਦਿਨ ਹੋ ਗਏ ਨੇ ਮੋਟੀ ਅੱਖ ਮੱਥੇ ਤੇ ਬੈਂਡ ਛੋਟੀ ਛੋਟੀਆਂ ਸਿੰਗੀਆਂ ਤੇ ਚੱਪੇ ਮੋਟੇ ਚੋਟੇ ਕੰਨ ਛੋਟੇ ਛੋਟੇ ਕੰਨ ਮੇਰੇ ਸੋਹਣੇ ਮਾਸ਼ਾਅੱਲਾ ਛੋਟੇ ਛੋਟੇ ਕੰਨ ਨੇ ਮਾਸ਼ਾਅੱਲਾ ਦੇਖੋ ਮੇਰੇ ਸੋਹਣੇ ਤੇ ਹੁਣ ਲਾਲ ਸਾਹਿਬ ਕੀ ਨਸਲਿਆ ਜੀ ਜਰਸੀ ਦੇ ਚੋਲ ਸਨ ਕਰਾਸ ਮਾਸ਼ਾਅੱਲਾ ਜੀ ਡਾਡਾ ਤੇ ਮਜ਼ਬੂਤ ਕਰਾਸ ਹੈ ਗਰਮੀਆਂ ਦਾ ਕੋਈ ਹੋਲ ਪਾਰ ਨਹੀਂ ਲਿਬਾਸ ਦੋਸਤਾਂ ਵੇਖ ਲੈਣਾ ਲਿਬਾਸ ਬੜਾ ਸੋਹਣਾ ਜੀ ਗੁਲਾਈ ਦੇ ਵਿੱਚ ਵੈਰ ਦੀ ਨਫਾਸ ਦੋਸਤਾਂ ਵੇਖਣੀ ਜੀ ਨਫਾਸ ਚੰਗੀ ਹੈ ਮਾਸ਼ਾਅੱਲਾ ਇੱਥੇ ਹੀ ਜ਼ਰਾ ਸੁਬਦਾਰ ਸਾਹਿਬ ਲੰਮੀ ਕਰਕੇ ਖਿਲਾਰਨੀ ਰਵੇਲ ਚੈੱਕ ਕਰਵਾਉਣਾ ਚਾਹੁੰਦੇ ਬਲਾਲ ਸਾਹਿਬ ਪਹਿਲੀ ਚਵਾਈ ਚ ਕਿੰਨਾ ਬੋਲਾ ਕੱਢਿਆ ਪਹਿਲੀ ਚਵਾਈ ਚ ਬੋਲਾ ਦੇ ਹੁੰਦਾ ਕਿਉਂਕਿ ਡੱਕੇ ਦਾ ਹੁੰਦਾ ਤੇ 13 ਕਿਲੋ ਬੋਲਾ ਬਾਈ ਹੋਰਾਂ ਨੇ ਪਹਿਲੀ ਚਵਾਈ ਚ ਕੱਢਿਆ ਜਾ ਸਮੇਤ ਹੀ ਪਿੱਛੇ ਤੇ ਵੱਛੀ ਹੈ ਅੱਜ ਸੁਬਹ ਸੂਈ ਹੈ ਦੂਜਾ ਸੁਬਹ ਸੂਈ ਹੈ ਜਰਸੀ ਤੇ ਚੋਲਸਾਨੀ ਗਲਾਸ ਗਲਾਸ ਫੜੀ ਕਦੀ ਚੰਗੀ ਪੋਲੀ ਤੇ ਮੋਟੀ ਧਾਰ ਤੇ ਸਾਹਿਬ ਵੇਖੋ ਕਰਮਾਂ ਦੇ ਕਿੱਦਾਂ ਅਮਰ ਚੈੱਕ ਕਰਵਾ ਦੇਣਾ ਅਮਰ ਕਰਾ ਦੇਗਾ ਕੋਈ ਗੱਲ ਨੀ ਜੀ ਬਾਰੇ ਉੱਤੇ ਇਕੱਠੇ ਹੋਏ ਨਾ ਬਲਾਲ ਸਾਹਿਬ ਵੈਰ ਨੰਬਰ 2 ਦਾ ਰੇਟ ਲਾਓ ਫਿਰ ਬਾਈ ਤੁਸੀਂ ਅਗਲਾ ਜਾਨਵਰ ਤਿਆਰ ਰੱਖੋ ਨਾ ਬਾਈ ਇਹਦਾ ਚਲੋ ਜੀ ਅਮਰ ਸਾਹਿਬ ਕਰਾਓ ਜੀ ਜਰਾ ਸ਼ਰਾਫਤ ਚੈੱਕ ਤੇ ਬੋੜਾ ਵੀ ਸਫੇਦ ਪਹਿਲੇ ਦਿਨ ਦਾ ਬੋੜਾ ਪਹਿਲੀ ਵੈੜ ਵੇਖੀ ਜਿਹਦਾ ਬਿਲਕੁਲ ਸਫੇਦ ਜਿਹਨੂੰ ਨਹੀਂ ਜਾਚ ਉਹ ਵੀ ਜੋ ਏਡੀ ਪੋਲੀ ਤੇ ਸੋਹਣੀ ਧਾਰ ਤੈਯਬ ਸਾਹਿਬ ਨਜ਼ਰ ਆ ਰਹੀ ਹੈ ਜੀ ਦੋਸਤਾਂ ਨੇ ਚੋਣ ਵੇਖਣੀ ਮਾਸ਼ਾਅੱਲਾ ਚੰਗੀ ਮੋਟੀ ਚੋਣ ਹੈ ਤੇ ਥਣ ਵੀ ਬੜੇ ਸੋਹਣੇ ਲੱਗੇ ਨੇ ਦਰਮਿਆਨੇ ਸਾਈਜ਼ ਦੇ ਨਾ ਲੰਮੇ ਤੇ ਨਾ ਛੋਟੇ ਦੂਜੀ ਚਵਾਈ ਦਾ ਵੇਖੋ ਬੋੜਾ ਵੇਖੋ ਕਿਸ ਤਰ੍ਹਾਂ ਦਾ ਮੇਰੇ ਸੋਹਣੇ ਮਾਲ ਤੇ ਬੋਲੇ ਦੀ ਰੰਗ ਦੋ ਸਮਝ ਆਉਂਦਾ ਦਿਲ ਕਰਦਾ ਇਧਰ ਵੇਖੋ ਐਡਾ ਸਵੇਦ ਉਹਦੇ ਤੇ ਕਰੋ ਮੇਰਾ ਮਾਸ਼ਾਅੱਲਾ ਜੀ ਕੱਚਾ ਦੋ ਦੀ ਸੁਬਰਾ ਸਾਹਿਬ ਨਹੀਂ ਪਿਆਰ ਹੁੰਦਾ ਕੱਚਾ ਉਹ ਮੇਰੇ ਸੋਹਣੇ ਮਾਲ ਦੇ ਕਰਮ ਨਾਲ ਇੱਧਰ ਵੇਖੋ ਰੰਗ ਵੈੜੀ ਤੇ ਵੇਖੋ ਚਿੱਟਾ ਰੰਗ ਤੇ ਚਿੱਟੀ ਆਈ ਫਿਰ ਮੇਰੇ ਖਿਆਲ ਬੋੜਾ ਹੈ ਜਰਸੀ ਤੇ ਚੋਲਸਤਾਨੀ ਕਰਾਸ ਮਾਸ਼ਾਅੱਲਾ ਜੀ ਦੂਜੀ ਚਵਾਈ ਵਾਲੇ ਬਾਈ ਜਿਹੜਾ ਕਰਨੀ ਹੈ ਇੱਕ ਹੀ ਚਵਾਈ ਦੀ ਹੋਈ ਚੰਗੀ ਮਾਸ਼ਾਅੱਲਾ ਥੱਲੇ ਪੰਡ ਬਲਾਲ ਸਾਹਿਬ ਰੇਟ ਲਾ ਦਿਓ ਜੀ ਇਹਦਾ ਹੁਣ ਇੱਥੇ ਲਾ ਦਿਓ ਖੋਲੋ ਜੀ ਅਗਲੀ ਇਹਦਾ 3,65,000 ਨੰਬਰ 2 ਤੇ ਚੈੱਕ ਕਰਵਾਈਏ ਮਾਸ਼ਾਅੱਲਾ ਜੀ ਚੀਜ਼ ਚੰਗੀ ਹੈ ਨਸਲੀ ਲੈ ਦੇਗਾ ਨਾ ਦੁਆਵਾਂ ਹੀ ਮੇਰੇ ਸੋਹਣੇ ਮਾਲ ਦੇ ਕਰਮਾਂ ਦੇ ਬੜੀ ਖਰੀ ਤੈਯਬ ਸਾਹਿਬ ਕੀਮਤ 3,65,000 ਦੇ ਅੱਗੇ ਹੁਣ ਜਿਹੜੀ ਨੰਬਰ 3 ਤੇ 4 ਤੇ ਆ ਗਈ ਦੋਵੇਂ ਬ੍ਰਾਂਡ ਦੇ ਤੇ ਚੰਗੀਆਂ ਨਸਲੀ ਵੈਰਾਂ ਨੇ ਮਾਸ਼ਾਅੱਲਾ ਜੀ ਜੀ
ਅੰਮ੍ਰਿਤ ਵਲਾਉਂ ਚਗਰ ਜੀ ਬਲਾਸਾ ਪਹਿਲਾਂ ਜਸਾਮਤ ਮਾਸ਼ਾਅੱਲਾ ਵੇਖ ਕੇ ਅੰਜੀ ਲੱਗਦਾ ਜਿਵੇਂ ਪਹਿਲਾਂ ਨੇ ਚੰਗੀ ਗੁੱਥੀ ਹੈ ਭਾਈ ਲਵਾਂ ਹਾਂ ਚੱਕਰ ਦੂਜਾ ਸੁਬਾਹ ਸੂਈ ਦਿਨ ਕਿੰਨੇ ਕੁ ਹੋ ਗਏ ਨੇ ਇਹਨੂੰ ਦਿਹਾੜੇ ਹੋ ਗਏ ਜੇ ਕੋਈ 12-13 ਪਿੱਛੇ ਤੇ ਬੱਚਾ ਵੀ ਬੱਚਾ ਦੋਸਤਾਂ ਵੇਖ ਲੈਣਾ 12-13 ਦਿਨ ਹੋ ਗਏ ਸੋਇਆ ਰਵੇਲ ਤੇ ਹਾਈਟ ਦੀ ਵੇਖ ਨਹੀਂ ਪ੍ਰਿੰਟ ਦੀ ਸ਼ਾਈਨਿੰਗ ਬਰੀ ਹੈ ਬਲਾ ਸਾਹਿਬ ਕੀ ਨਸਲ ਹੈ ਇਹ ਫਰੀਜ਼ੀਅਨ ਤੇ ਜਰਸੀ ਗਰਾਸ ਫਰੀਜ਼ੀਅਨ ਤੇ ਜਰਸੀ ਗਰਾਸ ਇਹ 12-13 ਦਿਨ ਹੋ ਗਏ ਨੇ ਚੰਗੀ ਨਸਲ ਹੈ ਵੱਧ ਘਾਟ ਵੀ ਦੇਣ ਹੋ ਸਕਦਾ 15 ਦਿਨ ਹੀ ਲਾ ਲਓ ਤੁਸੀਂ ਹਾਂਜੀ ਹਾਂਜੀ 15 ਦਿਨ ਲਾ ਲਓ ਬਲਾ ਸਾਹਿਬ ਦੁੱਧ ਕਿੰਨਾ ਦੋਵਾਂ ਟਾਈਮਾਂ ਦਾ ਦੁੱਧ ਇਸ ਟਾਈਮ 12 ਕਿਲੋ ਹੋਏਗਾ ਬਸ 12 ਕਿਲੋ ਦੁੱਧ ਹੋਏਗਾ ਜੀ ਦੋਵਾਂ ਟਾਈਮਾਂ ਦਾ ਜਾਲ ਸਮੇਤ 15 ਦਿਨ ਹੋ ਗਏ ਸੁਣਿਆ ਬਾਸ ਦੋਸਤਾਂ ਵੇਖ ਲੈਣਾ ਦੂਜਾ ਸੁਬਾਹ ਸੂਈਏ ਮਾਸ਼ਾਅੱਲਾ ਜੀ ਚੰਗੀ ਨਸਲੀ ਵੈਰ ਨਸਲ ਭਰੀ ਹੈ ਜੀ ਜਾਣਦੇ ਨੇ ਕਾਲੇ ਸੁਬਾਹ ਸਾਹਿਬ ਚਾਰੇ ਹੀ ਚਿਹਰਾ ਜ਼ਰਾ ਚੈੱਕ ਕਰਵਾਉਣਾ ਚਿਹਰਾ ਮੇਰੇ ਸੋਹਣੇ ਮੋਟੀਆਂ ਖਾਣੇ ਚਿਹਰੇ 'ਚ ਬੈਂਡ ਵੀ ਦੋਸਤਾਂ ਵੇਖ ਲੈਣਾ ਹੈ ਵੀ ਝੁੰਗੀ ਹੈ ਚਿਹਰੇ ਦੀ ਖੂਬਸੂਰੀ ਦੋਸਤਾਂ ਚੈੱਕ ਕਰਵਾ ਮੱਥੇ ਦੇ ਉੱਤੇ ਮੇਰੇ ਸੋਹਣੇ ਮਾਲ ਦੇ ਕਰਮ ਨਾਲ ਮੋਟੀ ਅੱਖ ਮੱਥੇ ਤੇ ਬੈਂਡ ਮਾਸ਼ਾਅੱਲਾ ਤੇ ਇਹ ਵੇਖੋ ਇਹ ਛਾਤੀ ਦੇ ਨਾਲ ਲਾਂਦੀ ਹੈ ਖੁਦ ਸਿਰ ਲਾਂਦੀ ਹੈ ਮੂੰਹ ਲਾਂਦੀ ਇਹ ਮਾਲ ਨਾਲ ਪਿਆਰ ਕਰੋ ਤਈਬ ਸਾਹਿਬ ਤੇ ਇਹ 100 ਗੁਣਾ ਜ਼ਿਆਦਾ ਬੰਦੇ ਦੇ ਨਾਲ ਪਿਆਰ ਕਰਦਾ ਤੇ ਜੇ ਇਹਨੂੰ ਡੰਡੇ ਮਾਰੋ 100 ਗੁਣਾ ਦੂਰ ਦੂਰ ਪਿਛਾੜ ਜਾਂਦਾ ਬੰਦੇ ਕਰਮ ਨਾਲ ਵੇਖੋ ਸੋਹਣਾ ਬੜੇ ਸੋਹਣਾ ਲੱਗ ਰਿਹਾ ਕਿ ਨਹੀਂ ਮਾਸ਼ਾਅੱਲਾ ਜੀ ਮੇਰੇ ਸੋਹਣੇ ਮਾਲ ਦੇ ਕਰਮ ਨਾਲ ਆਓ ਨੀ ਨੰਬਰ 3 ਦੇ ਚੈੱਕ ਕਰਵਾਉਣੇ ਆ ਬਲਾਲ ਸਾਹਿਬ ਕਿੰਨਾ ਦੁੱਧ ਦੱਸਿਆ ਦੋਵਾਂ ਟਾਈਮਾਂ ਦਾ 12 ਕਿਲੋ ਦੁੱਧ ਦੇ ਜੀ ਜਾ ਸਮੇਤ ਪਿੱਛੇ ਦੇ ਵੱਛਾ ਵੇ 15 ਦਿਨ ਹੋ ਗਏ ਸੋਇਆ ਦੂਸਰੀ ਸੁਬਾਹ ਸੂਈ ਹੈ ਜਰਸੀ ਤੇ ਫਰੀਜ਼ਰ ਗਰਾਸ ਹੈ ਹਾਂਜੀ ਠੀਕ ਹੈ ਜੀ ਬੰਨੋ ਜੀ ਜੀ ਬਲਾਲ ਸਾਹਿਬ ਲਓ ਹੁਣ ਰੇਟ ਇਹਦਾ ਸੋਨਾ ਜਿਹਾ ਇਹਦਾ ਰੇਟ ਹੈਗਾ ਤੇ ਸਾਹਿਬ 3,35,000 3,35,000 ਨੰਬਰ 3 ਦੇ ਚੈੱਕ ਕਰਵਾਈਏ ਚੰਗੀ ਨਸਲੀ ਵੈਰ ਕੀਮਤ 3,35,000 ਅੱਗੇ ਆ ਗਈ ਜੀ ਅੱਜ ਦੀ ਵੀਡੀਓ ਦਾ ਬ੍ਰਾਂਡ ਅਤੇ ਅੱਜ ਦੀ ਵੀਡੀਓ ਦਾ ਤੋਹਫਾ ਦੋ ਜੀ ਦੋਸਤੋ ਕਰਨੇ ਜ਼ਰਾ ਮੁਕੰਮਲ ਨਜ਼ਾਰੇ ਚੰਗੀ ਵੈਰ ਮਾਸ਼ਾਅੱਲਾ ਜੀ ਚੰਗੀ ਥੱਲੇ ਪੰਡ ਪਾਂਡੀ ਜੀ ਬਲਾਲ ਸਾਹਿਬ ਗੱਬਣ ਗੱਬਣ ਤੇ ਸਾਹਿਬ ਵਾਲੇ ਵੈਰ ਕਿੰਨੇ ਕੁ ਦਿਨ ਲੈਣ ਡਈ ਹੈ ਯਾਰ 6-7 ਲਾਏ ਇਹਨਾਂ ਨੇ ਕਰਮਾਂ ਦੇ ਥੱਲੇ ਪੰਡ ਪਾ ਰਹੇ ਗੱਬਣ ਇੱਕ ਸੂਈ ਹੈ ਸੂਬੇ ਦਾ ਸਾਹਿਬ ਜਾ ਕਿੱਥੇ ਵੈਦਾ ਗੱਬਣ ਤੇ ਥੱਲੇ ਵੇਖਦੇ ਅੰਜ ਲੱਗਦਾ ਵੀ ਜੇ ਸੂਬਾ ਹੀ ਹੈ ਸਾਊ ਬੜੀ ਮੇਰੇ ਸੋਹਣੇ ਮਾਲ ਦੇ ਇਹ ਵੇਖੋ ਲੈ ਤੇ ਸਾਹਿਬ ਕਰਮਾਂ ਦੇ ਲਬਾਸ ਦੋਸਤਾਂ ਵੇਖਦਾ ਜੀ ਚੰਗੀ ਪੰਡ ਪਾਈ ਹੈ ਐਂਜੀ ਭਲੇਖਾ ਪਿਆ ਜਿਵੇਂ ਸੂਈ ਇਹ ਵੇਖੋ ਕਰਮਾਂ ਦੇ ਤੇ ਸਾਹਿਬ ਪਿੱਛੇ ਲਿਆ ਆ ਪਿੱਛੇ ਪੋਲਮ ਪਾ ਲਈਏ ਜੀ ਚਾਦਰ ਵੱਡੀ ਹੈ ਬਲਾਲ ਸਾਹਿਬ ਕਰਾਓ ਜੀ ਚੈੱਕ ਕਰੇਗੀ ਮੰਨਦਾ ਜੇ ਡੱਗ ਨਹੀਂ ਦੇ ਮਾਸ਼ਾਅੱਲਾ ਜੀ ਚੰਗੀ ਵੱਡੀ ਚਾਦਰ ਕਿੰਨਾ ਸੁਬਾਹ ਸੋਣਾ ਇਹ ਦੂਸਰਾ ਸੁਬਾਹ ਸੋਣਾ ਕਿੰਨੇ ਕੁ ਦਿਨ ਲਾਈਏ ਜੀ ਕੋਈ ਅੰਦਾਜ਼ੇ ਨਾਲ 6-7 ਹੁਣ ਵੀ ਸੂਪੇ ਮਹੀਨਾ ਕਰੇ ਤੇ 6-7 ਲਾਈਏ ਨੇ 6-7 ਦਿਨ ਅੰਦਾਜ਼ੇ ਨਾਲ ਲੈ ਦੀ ਇਨਸ਼ਾਅੱਲਾ ਹਾਂਜੀ ਤੇ ਬਾਕੀ ਅੱਲਾਹ ਪਾ ਦੀ ਸਾਨੂੰ ਮਨਜ਼ੂਰ ਹੁਣ 6-7 ਦਿਨ ਲੈਣੇ ਆ 2-4 ਦਿਨ ਲੈਣੇ ਲੇਕਿਨ ਹੁਣ ਵੀ ਸੂਪੇ ਤੇ ਹਰਜ ਕੋਈ ਨਹੀਂ ਜਿੰਨੀ ਬਣ ਗਈ ਇਹਨਾਂ ਦਾ ਕਿਦਾ ਹੈ ਵਸੀਮ ਪਰਦੇਸੀ ਅੱਜਾ ਵਸੀਮ ਉਹ ਗਾਵਾ ਖਾ ਰਿਹਾ ਤੂੰ ਬੱਡੂ ਤੂੰ ਬੱਡੂ ਖਾ ਰਿਹਾ ਉਹ ਤੁਹਾਡਾ ਦੀਵਾਨ ਦੀਵਾਨ ਅੱਜਾ ਇਹ ਦੀਵਾਨਾ ਵੀ ਵਾਕਈ ਮੇਰਾ ਬੜਾ ਹੈ ਅੱਜ ਵੀ ਕੀ ਹੈ ਇੱਕ ਤਾਂ ਕੰਮ ਗਏ ਹਾਂ ਉਹ ਮੈਂ ਆਈਏ ਬੈਠਾ ਹੀ ਆ ਤੇ ਬੋਤਲ ਤੇ ਮਠਿਆਈ ਅੱਗੇ ਆ ਗਈ ਉਹ ਮੈਂ ਆਖਿਆ ਭਾਜੀ ਕੌਣ ਉਹਦੇ ਕਹੇ ਸਿਰਫ ਤੁਹਾਡੇ ਦਿਵਾ ਦਿਆ ਬਾਈ ਯਕੀਨ ਕੋਈ ਪਸੂਰ ਗਿਆ ਅੱਛਾ ਜੀ ਆ ਮੂਸਾ ਬੋਦਾ ਲਾਲਾ ਨੀ ਇਹਨੇ ਹੀ ਮੈਨੂੰ ਉੱਥੇ ਵੇਖਿਆ ਬੈਠੇ ਤੇ ਮੈਂ ਆ ਗਿਆ ਮੈਂ ਬੈਠਾ ਤੂੰ ਮਠਿਆਈ ਤੇ ਬੋਤਲ ਲੈ ਕੇ ਮੈਂ ਸਲਾਮ ਦਾ ਕੋਈ ਨਹੀਂ ਸੋਦੀ ਮੈਂ ਸਲਾਮ ਦਾ ਵੀ ਕੋਈ ਨਹੀਂ ਕੋਈ ਜਾ ਦਿੱਤੇ ਮੈਂ ਕਿਹਾ ਮਠਿਆਈ ਦਾ ਤੇ ਉਹਦਾ ਬੋਤਲ ਦਾ ਜੋੜ ਨਹੀਂ ਬਣਦਾ ਆਂਦਾ ਇੱਥੇ ਚਾਹ ਦੀ ਦੁਕਾਨ ਕੋਈ ਤਾਂ ਇਹ ਮੈਂ ਜੋੜ ਬਣਾ ਰਿਹਾ ਪਾਕਿਸਤਾਨੀ ਜੋੜ ਇਹ ਬਣਾ ਹਾ ਵੀਡੀਓ ਫਿਰ ਮੇਰੇ ਚੈਨਲ ਤੇ ਚੜਨੀ ਹੈ ਫਿਰ ਵੇਖਣਾ ਇਸ ਤੋਂ ਪਹਿਲਾਂ ਤੁਸੀਂ ਆਓ ਪਹਿਲਾਂ ਇੱਕ ਮਿੰਟ ਵੇਖਣਾ ਤੁਸੀਂ ਗਾਮ ਖਾਂਦੇ ਹੋ ਮੈਨੂੰ ਖਾ ਰਿਹਾ ਠੀਕ ਹੈ ਨੰਬਰ 4 ਤੇ ਚੈੱਕ ਕਰਵਾਉਣੇ ਬਲਾ ਸਾਹਿਬ ਸੁਬਾ ਕਿ ਮੈਂ ਸੁਣਾ ਸੁਬਾ ਦੂਸਰਾ ਕਰਮ ਵਾਲੀ ਸੁਣਾ ਦੂਸਰਾ ਸੁਬਾ ਸੁਣਾ 6-7 ਦਿਨ ਅੰਦਾਜ਼ਨ ਲੈਣ ਦੇ ਜੀ ਚੰਗੀ ਰਵੇਲ ਤੇ ਥੱਲੇ ਵੀ ਮਾਸ਼ਾਅੱਲਾ ਜੀ ਪੂਰਾ ਬਨ ਫੱਪ ਗਈ ਇੱਥੇ ਜਰਾ ਸੂਬੇ ਦਾ ਸਾਹਿਬ ਖਿਲਾੜਨਾ ਰਵੇਲ ਦੋਸਤਾਂ ਵੇਖਣੀ ਦੀ ਸਾਰੀਆਂ ਵਹਿਰਾਂ ਦੀ ਇੰਨੀ ਰਵੇਲ ਹੀ ਨਹੀਂ ਹੁੰਦੀ ਮੂੰਹ ਵੇਖੋ ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖ ਲੈਣੀ ਦੇਖੋ ਤਈਬ ਸਾਹਿਬ ਵੇਖੋ ਮੂੰਹ ਕਿਸੇ ਨੇ ਐਸਾ ਨਹੀਂ ਮੂੰਹ ਫੱਡਿਆ ਅੱਜ ਕਰਕੇ ਬਣ ਕੇ ਪਰਾਂ ਕੀਤਾ ਏ ਤੂੰ ਨਹੀਂ ਉਹ ਮੇਰੇ ਗੱਲ ਸੁਣ ਮੇਰੀ ਗਈਆਂ ਮੱਝਾਂ ਵੀ ਦੀਵਾਨੀਆਂ ਨੇ ਮਾਸ਼ਾਅੱਲਾ ਜੀ ਵਸੀਮ ਵੇਖਿਆ ਕਿ ਨਹੀਂ
ਬਲਾ ਸਾਹਿਬ ਕੀ ਨਸਲ ਹੈ ਜੀ? ਇਹ ਤੇਜ ਸਾਹਿਬ ਰੈਡ ਫਰੀਜ਼ੀਅਨ ਦੇ ਚੋਲਸਤਾਨੀ ਕ੍ਰਾਸ ਕਰਮ। ਰੈਡ ਫਰੀਜ਼ੀਅਨ ਦੇ ਚੋਲਸਤਾਨੀ ਕ੍ਰਾਸ ਲੈ ਚਲੋ ਜੀ। ਨੰਬਰ 4 ਤੇ ਚੈੱਕ ਕਰਵਾਉਣੇ, ਚੰਗੀ ਪਹਿਲਵਾਨ ਖੂਬਸੂਰਤ ਲਾਈਏਗਾ, ਯਾਦ ਕਰੇਗਾ ਪੂਰੀ ਨਾਮੀ ਵੈਰ 7-8 ਦਿਨ ਲੈਣ ਦੇ ਹੀ ਗੱਬਰ ਨੇ। ਦੂਸਰਾ ਸੁਭਾਅ ਸੋਹਣਾ, ਹਾਂਜੀ ਸੁਭਾਅ ਸੋਹਣਾ ਨਾ, ਹਾਂਜੀ ਰਾਜ ਸਾਹਿਬ ਲਾਓ ਜੀ ਰੇਟ। ਰੈਡ ਨੰਬਰ ਵੈਰ ਹਲੇ ਕੱਚੀ ਹੈ, ਕਿਸੇ ਭਰਾ ਨੂੰ ਸੂਏਗੀ ਵੈਰ, ਦੁੱਧ 25-26 ਕਿਲੋ ਚਵਾਕ ਦਾਂ ਜੇ ਉਂਝ ਕਿਸੇ ਭਰਾ ਨੂੰ ਪਸੰਦ ਆਏ ਰੇਟ ਤੇ। ਫੋਨ ਤੇ ਤੁਹਾਡੇ ਨੰਬਰ ਚੱਲਦੇ ਪਏ, ਦੋਸਤ ਭਰਾ ਰਾਬਤਾ ਕਰਕੇ ਤੇ ਖਰੀਦ ਸਕਦੇ ਨੇ। ਕੀ ਹੁਣ ਇੰਨੀ ਫਰਕ ਦੀ ਨਾ ਖਾਈ? ਅੱਗੇ ਨੰਬਰ ਇਹ ਨੰਬਰ 5 ਤੇ ਵੇ ਜੀ ਜਰਸੀ, ਇਹ ਮੇਰੇ ਸੋਹਣੇ ਮਾਲ ਦੇ ਕਰਨਾ ਅੱਟਾ ਸੁੱਟਣ ਰਹੀ ਜੇ ਮੇਰੇ ਸੋਹਣੇ ਮਾਲ। ਅੱਗੇ ਇਹ ਨੰਬਰ 6 ਤੇ ਵੇ ਜੀ ਜੀ, ਇਸ ਚੋਲਸਤਾਨੀ 7 ਤੇ ਵੇ, ਇਹ ਪਹਿਲੇ ਨੇ ਜੀ ਜੀ ਚਿੱਟੀ ਚੰਗੀ ਨਸਲੀ ਵੈਰ ਮਾਸ਼ਾਅੱਲਾ ਜੀ ਜੀ ਜੀ, ਇਹ ਮੇਰੇ ਸੋਹਣੇ ਮਾਲ ਦੇ ਕਰਨਾ, ਆ ਵੀ ਮੋਨੀ ਜੇ, ਦੋਵੇਂ ਮੋਨੀਆਂ ਦੋਵੇਂ ਮੋਨੀਆਂ ਤਈਆ ਸਾਹਿਬ, ਤੇ ਇਹ ਵੱਛੀਆਂ ਵੀ ਨੇ ਅੰਦਰ ਮਾਸ਼ਾਅੱਲਾ ਜੀ, ਵੱਛੀਆਂ ਦੋਸਤਾਂ ਵੇਖ ਲੈਣੀਆਂ ਨੇ, 8-10 ਵੱਛੀਆਂ ਡੇਰੇ ਤੇ ਹਰ ਟਾਈਮ ਮੌਜੂਦ ਨੇ। ਕੋਈ ਵੀ ਦੋਸਤ ਖਰੀਦਣਾ ਚਾਹੇ ਤੇ ਬਲਾਲ ਸਾਹਿਬ ਨਾਲ ਰਾਬਤਾ ਕਰਕੇ ਵੀਡੀਓ ਮੰਗਵਾ ਸਕਦਾ। ਕਿੰਨੇ ਮਿੰਟ ਦੀ ਹੋ ਗਈ ਤਈਬ ਸਾਹਿਬ? ਸੁਬੇਦਾਰ ਸਾਹਿਬ ਦੋਵਾਂ ਸ਼ਾਰਟ ਜਿਹਾ ਪੈਗਾਮ, ਵੀਡੀਓ ਜ਼ਰਾ ਲੈਂਥੀ ਹੋ ਗਈ ਹੈ। ਕਿੰਨੇ? ਬਹੁਤ ਜ਼ਰਾ ਥੱਲੇ ਪੈ ਮਿੰਟ, ਮੈਂ ਲੰਮੀ ਵੀਡੀਓ ਹੋਣ ਨਹੀਂ ਦੇਣੀ, ਬਹੁਤ ਸਹੀ ਥੱਲੇ ਥੱਲੇ ਬਹਿ ਕੇ ਅੱਲਾ ਹਾਫਜ਼ ਕਰ ਲਓ। ਲੋ ਜੀ, ਤੇ ਕਿੰਨੇ ਮਿੰਟਾਂ ਦੀ ਬਲਾ? 27 ਦੀ, 27 ਮਿੰਟ। ਉਹ ਤਈਬ ਸਾਹਿਬ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਨਾ ਇੱਧਰ ਵੇਖੋ, ਇਸ ਮਾਲ ਨਾਲ ਵੀ ਪਿਆਰ ਕਰੋਗੇ ਤੁਹਾਡੇ ਨਾਲ ਕਰੇਗਾ, ਤੇ ਇੱਧਰ ਤਾਂ ਵੇਖੋ ਵਸੀਮ ਭਾਈ, ਤੇ ਜੇ ਉਹਦੇ ਸੋਹਣੇ ਬੰਦਿਆਂ ਨਾਲ ਪਿਆਰ ਕਰੋ ਤਾਂ ਮੇਰੇ ਸੋਹਣੇ ਮਾਲ ਦੇ ਕਰਨਾ, ਉਹ ਵੀ ਤੁਹਾਡੇ ਨਾਲ ਨਾਗਲੇ ਦਾ ਨਾ ਪਿਆਰ ਹੀ ਕਰਨਗੇ। ਇਹ ਨਹੀਂ ਗੱਲ ਲੱਗਾ ਕਿ ਪਿਆਰ ਦੇ ਬਦਲੇ ਡੰਡਾ ਨਹੀਂ ਹੋਣ ਲੱਗਾ, ਤਾਂ ਸੋਹਣੇ ਮਾਲਕ ਦੇ ਕਰਨਾ ਅਗਰ ਕਿਸੇ ਨੇ ਆਪਣੀ ਜਾਨ ਨੂੰ ਬਲੱਡ ਹੋਰ ਮਸਲੇ ਮਸਾਲ ਨਹੀਂ ਨਾ ਪੈਦਾ ਕਰਨੇ, ਤਾਂ ਤਈਬ ਸਾਹਿਬ ਇਸ ਮਾਲ ਨਾਲ ਵੀ ਪਿਆਰ ਕਰੋ ਅਤੇ ਉਹਦੇ ਬੰਦਿਆਂ ਨਾਲ ਵੀ ਪਿਆਰ ਕਰੋ, ਅਤੇ ਜੇ ਚੱਸ ਨਾ ਆਈ ਤੇ ਆ ਕੇ ਸੂਬੇਦਾਰ ਨੂੰ ਪੁੱਛ ਲੈਣਾ, ਸੂਬੇਦਾਰ ਚੱਸ ਨਹੀਂ ਆਈ ਤੇਰਾ ਇਹ ਬਿਆਨ ਜਾ ਤੂੰ ਦੇਣਾ, ਇਹ ਐਵੇਂ ਇੱਕ ਦੋ ਥਾਂ ਤਾਂ ਹੀ ਨਹੀਂ ਟੋਕੀ ਉਹਨਾਂ। ਵੇਖਿਆ ਜ਼ੋਰ ਨਾਲ ਅੰਦਰੋਂ ਬੋਲਣਾ ਵਾ ਵਸੀਮ ਭਾਈ, ਜਦੋਂ ਵੀ ਪਹਿਲੇ ਦਿਨ ਆਏ ਤਾਂ ਪਤਾ ਤੁਹਾਨੂੰ ਕਿਹਾ ਕਿ ਮੈਂ ਕੀ ਕਿਹਾ ਜੀ ਆਪਣੀ ਜ਼ਬਾਨ 'ਚ ਕਹੋ ਜ਼ਰਾ, ਕੀ ਕਿਹਾ ਜੇ ਕਿ ਮੈਂ ਤੁਹਾਡਾ ਤੁਹਾਡਾ ਫੈਨ ਫੈਨ ਲਫ਼ਜ਼ ਮੈਨੂੰ ਜ਼ਰਾ ਨਹੀਂ ਸਮਝ, ਦੀਵਾਨਾ ਉਰਦੂ 'ਚ ਦੱਸੋ ਸਾਡੇ ਲਫ਼ਜ਼ਾਂ 'ਚ, ਮੈਂ ਤੁਹਾਡਾ ਦੀਵਾਨਾ ਪਹਿਲੇ ਦਿਨ ਆਇਆ ਤਾਂ ਤੁਸੀਂ ਮੇਰਾ ਮੂੰਹ ਵੇਖ ਜਾਂਦਾ ਤੇ ਮੈਂ ਤੁਹਾਡਾ ਦੀਵਾਨਾ ਵਾ, ਤੇ ਸੋਹਣੇ ਮਾਲਕ ਦੇ ਕਰਮ ਨਾਲ ਨਾ ਤਈਬ ਸਾਹਿਬ ਅਬਰ ਖੁਦਾਰ, ਇਹ ਜਿਹੜੀ ਮੈਂ ਗੱਲ ਦੱਸ ਰਿਹਾ ਤੇ ਅਮਲ ਤੂੰ ਵੀ ਮੇਰੇ ਪੁੱਤਰ ਕਰਿਆ ਕਰ ਨਾਗਲੇ ਦਾ, ਇਹ ਨਹੀਂ ਨਾਗਲੇ ਕਿ ਮੈਂ ਕੋਲੋਂ ਦੀਵੇ ਮੁੰਡ ਹਨੇਰੇ ਹੀ ਚੱਲਦਾ ਰਹੇ, ਜੇ ਮੇਰਾ ਕੋਈ ਭਰਾ ਆਉਂਦਾ ਗਾਂ ਲੈਣ ਤੇ ਜਿੰਨਾ ਦੁੱਧ ਉਹਨੂੰ ਉਹਨਾਂ ਦੱਸਣਾ, ਇਹ ਨਹੀਂ ਕਿ ਨਾ ਕਿ ਦੁੱਧ ਹੋਵੇ 10 ਕਿਲੋ ਤੇ ਤੂੰ 12 ਕਿਲੋ ਢੋਕ ਚੜੇ, 10 ਹੋਏ ਤੈਨੂੰ 8 ਕਹਿ ਜਾ ਕੇ 2 ਕਿਲੋ ਵਧੇ, ਉਹ ਗੱਲ ਕਹੇ ਤੇ ਲਓ ਜੀ ਆਪਣੇ ਬਾਪ ਦੀ ਗੱਲ 'ਤੇ ਅਮਲ ਕਰਦਾ। ਮੇਰੇ ਸੋਹਣੇ ਮਾਲ ਦੇ ਮੇਰੇ ਕੋਲ ਗਏ ਜਾਨ ਦੇ ਖਿਲਾਫ ਗਲਤੀ ਹੋਈ ਹੈ, ਮੇਰਾ ਮੈਂ ਉਹਦੀ ਮਦਦ ਕਰਾਂ, ਮਿਹਰਬਾਨੀ ਦਾ ਸ਼ੁਕਰੀਆ, ਸਲਾਮ ਵਾਲਿਆ ਕਰ।